बिस्मिल्लाहिर्रहमानिर्रहीम बिस्मिलहिम्स खवादीन वजरात मैं हूँ आपका जुनेद सलीम और आप देख रहे हैं देश बुक जुनेद के साथ शो में मेरा साथ दे रहे हैं नसीम विक्की बब्बू राना सुहाना सयाल और तस्लीम अब्बास नाजीन आम तौर पर बैरून मुल्क से आने वाले हमारे अजीज़ व अकारफ को सबसे बड़ा ख़तरा लाक होता है वो यही कि मेरे सामान पर मेरे अजीज दोस्त रिश्तेदार टूट पड़ेंगे जिस तरह आजाद अरकान पे आज कल बास मखसूस हल्के लेकिन उनकी उम्मीदों पे किस तरह पानी फिर जाता है आपको दिखाते हैं मेनू पता भी है ना ज़मील तो बगैर मेरा ना एक मिनट नहीं लंघ दचे हो दो मिनट बाजार चल जाना जिनी देर तक मैं फोन करके ना कि मेरे दिल नसली तो नहीं सी होंगी ਹੁਣ ਮੈਨੂੰ ਕਹਿੰਦਾ ਸੀ ਕਿ ਅੱਬਾ ਜੀ ਤੁਹਾਡੇ ਲਈ ਘੜੀ ਲੈ ਕੇ ਆਉਣੀ ਆ ਹਾਂ ਤੇ ਘੜੀ ਮਹਿੰਗੀ ਲੈ ਕੇ ਆਉਣੀ ਆ ਹੂੰ ਹੁਣ ਮੈਂ ਜਦੋਂ ਗੁੱਟ ਵੇਖਦਾ ਨਾ ਮੈਨੂੰ ਜੀਲਾ ਯਾਦ ਆ ਜਾਂਦਾ ਹਾਂ ਗੁੱਟ ਤੇ ਮੇਰਾ ਵੀ ਖਾਲੀ ਏ ਤੈਨੂੰ ਮਾਥ ਘੜੀ ਰੋਣਾ ਦਾ ਤੈਨੂੰ ਗੱਲ ਦੱਸਦਾ ਵੀ ਮੈਂ ਮੈਂ ਕਦੀ ਆਪਣੇ ਪੁੱਤ ਨੂੰ ਆਪਣੀ ਅੱਖਾਂ ਤੋਂ ਦੂਰ ਨਹੀਂ ਕੀਤਾ ਸਹੀ ਗੱਲ ਲੇਕਿਨ ਕੀ ਮੁਸੀਬਤ ਮਾਰ ਗਈ ਐ ਦੀਆ ਫੀਸਾ ਦੇਣੀਆਂ ਆ ਅੱਗੋਂ ਮੁੰਡਾ ਕੰਮ ਤੇ ਨਹੀਂ ਜਾਂਦਾ ਜੋ ਵਿਆਹ ਆ ਹੈ ਉਹ ਪਤਨੀ ਘਰੋਂ ਹੀ ਕਸਮ ਖਾ ਕੇ ਆਇਆ ਵੇ ਅੱਲਾ ਮੈਨੂੰ ਮੌਤ ਦੇ ਦੇ ਜਿੱਦਣ ਮੈਂ ਕੰਮ ਤੇ ਜਾਵਾਂ। ਅੱਬਾ ਜਿਹੜਾ ਮੁੰਡਾ ਹੈ। ਟੌਰਾ ਤੇ ਮੇਰੀਆਂ ਵਾਂ ਰਿਸ਼ਤੇਦਾਰਾਂ ਚ ਸਾਰੇ ਕਹਿੰਦੇ ਤੂੰ ਦੁਬਈ ਵਾਲਿਆਂ ਚ ਵਿਆਹ ਆ ਵਾ ਤੇ ਜੀਲੇ ਭਾਜੀ ਨੇ ਮੇਰੇ ਲਈ ਵਿਆਹ ਲੈ ਆਉਣਾ ਬਾਹਰ ਜਾ ਕੇ ਕੰਮ ਕਰਾਂਗੇ ਅੱਬਾ ਜੀ। ਚਲੋ ਦੇਖ ਲੈਂਦੇ ਆ ਕਾਕਾ ਵੀਜ਼ਾ ਮੰਗਵਾ ਲੈਂਦੇ ਆ। ਦੇਖ ਲੈਂਦੇ ਆ ਦੁਬਈ ਜਾ ਕੇ ਕਿੰਨਾ ਕੰਮ ਕਰਦਾ। ਜੇ ਬਾਹਰ ਜਾ ਕੇ ਕੰਮ ਨਾ ਨਾ ਕੀਤਾ ਤੇ ਕਾਕਾ ਮੈਂ ਤੇਰੀ ਉੱਥੇ ਹੀ ਤੇ ਡਿੱਡ ਕੇ ਦੀ ਬੁਆ ਕੇ ਅੰਦਰ ਕਰਵਾ ਦਿੰਦਾ। ਅੱਬਾ ਜੀ ਦੁਬਈ ਜਾ ਕੇ ਕੰਮ ਕਰਾਂਗੇ। ਉੱਥੇ ਠੰਡੀਆਂ ਹਵਾਵਾਂ ਆਏ ਦਿਨ ਉੱਥੇ ਬਰ ਪੈਂਦੀ ਆ। ਜੋ ਆਈ ਮੇਰਾ ਕਿੱਡਾ ਗਰੀਬ ਨੂੰ ਇਹ ਨਹੀਂ ਪਤਾ ਕਿਹੜੇ ਮੁਲਕ ਚ ਬਰਫ ਪੈਂਦੀ ਆ ਹੈ ਉਹ ਦੁਬਈ ਚੋਂ ਕੇ ਨਾਰਵੇ ਲੈ ਗਿਆ ਉੱਥੇ ਤੇ ਬੰਦਾ ਮਰ ਜਾ ਫੋਰੀ ਦਫਨਾ ਦਿੱਤਾ ਕਿਉਂਕਿ ਬਰਫ ਮਿਲਦੀ ਹੀ ਨਹੀਂ ਉਹ ਉੱਥੇ ਤੇ ਕਿਹਾ ਨਾ ਮੁਰਦੇ ਨੂੰ ਬਰਫ ਲਾਉਣੀ ਆ ਤੇ ਅਗਲੇ ਕਹਿੰਦੇ ਜੀ ਇਹ ਨੇਕ ਆਏ ਨੂੰ ਅਗਲੇ ਜਹਾਨ ਮਿਲਦੀ ਆ ਹਾਂ ਇਹ ਸਾਡਾ ਮੁਲਕ ਆ ਪਾਕਿਸਤਾਨ ਹਾਂ ਬੰਦਾ ਮਰਦਾ ਤੇ ਆਲੇ ਦੁਆਲੇ ਉਹ ਤੇ ਬਰਫ ਲਾ ਦਿੰਦੇ ਆ ਤੋ ਇੰਜ ਲੱਗਦਾ ਮਿੱਠੇ ਵੇਚਣ ਵਾਲਾ ਪਿਆ ਓ ਬੱਬਾ ਜੀ ਨਾ ਤੁਸੀਂ ਦੁਬਈ ਗਏ ਹੋ ਨਾ ਤੁਹਾਨੂੰ ਪਤਾ ਵਾ ਇਹ ਤੇ ਭਾਈ ਜੀਲੇ ਦੇ ਮੈਨੂੰ ਕੱਲੀ ਕੱਲੀ ਗੱਲ ਦੱਸੀ ਆ ਦੁਬਈ ਜਾ ਤੈਨੂੰ ਪੂਰੀ ਦੱਸੀ ਨਹੀਂ ਹੈਗੀ ਤੈਨੂੰ ਬਰਬਾੜਾ ਮੁਲਕ ਦੀ ਦੱਸਿਆ ਹੀ ਨਹੀਂ ਉਹਨੇ ਆ ਤਾਂ ਰੇਤ ਵਾਲਾ ਆ ਗਾਗਾ ਇਹ ਤਾਂ ਉਹ ਆ ਵੀ ਵਿੱਚ ਛੋਲੇ ਸਿੱਟੋ ਐ ਕਰਕੇ ਦਾਦੀ ਫਿਰ ਤ ਪੁੱਜ ਕੇ ਬਾਹਰ ਆ ਜਾਂਦੇ ਆ ਉੱਥੇ ਤਾਂ ਸੂਟ ਸੁੱਕੜੇ ਪਾ ਕੇ ਨਾ ਚੁੱਕੀਏ ਸੂਟ ਨੂੰ ਅੱਗ ਲੱਗ ਜਾਂਦੀ ਆ ਹਾਂਜੀ ਐਡਾ ਵੱਡਾ ਸੂਟ ਇਕੱਠਾ ਹੋ ਗਏ ਇੰਨਾ ਕੋ ਹੋ ਜਾਂਦਾ ਤੂੰ ਤਾਂ ਨਣਕਾਣਾ ਨਹੀਂ ਟੱਪਿਆ ਤੈਨੂੰ ਕਿੱਦਾਂ ਪਤਾ ਆ ਆ ਮੂੰਹ ਹੈ ਬਾਹਰ ਜਾਣ ਵਾਲਾ ਅੱਜ ਖੈਰ ਨਾ ਮੇਰਾ ਪੁੱਤ ਆ ਰਿਹਾ ਜਮੀਲ ਹਾਂਜੀ ਆ ਛੋਟਾ ਲੈਣ ਗਿਆ ਉਹਨੂੰ ਅੱਬਾ ਜੀ ਸ਼ਫੀਕ ਨੂੰ ਕਿਹਾ ਸੀ ਮੈਨੂੰ ਵੀ ਨਾਲ 에어ਪੋਰਟ ਤੇ ਲੈ ਕੇ ਜਦ ਦੀ ਤਿਆਰ ਹੋਈ ਸੀ ਮੈਂ ਅੱਪੁੱਤ ਤੈਨੂੰ ਕਿੱਥੇ ਲੈ ਕੇ ਜਾਂਦਾ ਮੋਟਰਸਾਈਕਲ ਤੇ ਆਦ ਹੋ ਗਈ ਮੋਟਰਸਾਈਕਲ ਤੇ ਸਮਾਨ ਰੱਖਦਾ ਆਪ ਬੰਦਾ ਹੈ ਉੱਤੋਂ ਸਮਾਨ ਬਾਹਰ ਆਉਣਾ ਆ ਦਾਹਰ ਬੈਗ ਵੀ ਭਰਿਆ ਹੋਣਾ ਆ ਵੱਡੇ ਹਾਂ ਮੇਰੀ ਤਾਂ ਘੜੀ ਟੁੱਟ ਜਾਣੀ ਸੀ ਹੈ ਨਾ ਅੱਬਾ ਨੋ ਨਾ ਜ਼ਮੀਰ ਭਾਨਾ ਲੈ ਮੇਰਾ ਪੁੱਤ ਆ ਗਿਆ ਮੇਰਾ ਜੀਲਾ ਆ ਗਿਆ ਭਾਜੀ ਅਸਲਾਮੁਅਲੈਕੁਮ ਉਹ ਵਾਜੀ ਵਾਹ ਮੇਰੀ ਅੱਖਾਂ ਦਾ ਨੂਰ ਅੱਬਾ ਜੀ ਮੇਰੇ ਦਿਲ ਦਾ ਟੁਕੜਾ ਭਾਜੀ ਮੇਰਾ ਪੁੱਤਰ ਅੱਬਾ ਜੀ ਮੇਰੀ ਜ਼ਿੰਦਗੀ ਅੱਬਾ ਜੀ ਬੁੱਧ ਹੁਣ ਬਹਿ ਜਾ ਉੱਥੇ ਮੈਂ ਥੱਕ ਗਿਆ ਆਏ ਜੀਲੇ ਆਜਾ ਭਾਜੀ ਉਹ ਬੁੱਧ ਤੈਨੂੰ ਕੀ ਦੱਸਾਂ ਮੇਨੂੰ ਤੇਰੀ ਕਿੰਨੀ ਯਾਦ ਆਉਂਦੀ ਸੀ ਅੱਪਾ ਜੀ ਮੈਂ ਵੀ ਤੁਹਾਨੂੰ ਨਹੀਂ ਭੁੱਲਿਆ ਹਾਏ ਹਾਏ ਇੱਕ ਬਿੱਲਾ ਹੁੰਦਾ ਸੀ ਬਿੱਲਾ ਅੱਛਾ ਓਹ ਏਡਾ ਸਾਰਾ ਬਿੱਲਾ ਸੀ ਪੁੱਤ ਓਦਾ ਮੂੰਹ ਵੀ ਏਡਾ ਸਾਰਾ ਅੱਛਾ ਅੱਪਾ ਓਨੂੰ ਮੈਂ ਦੁੱਧ ਪਾਉਣਾ ਮੈਨੂੰ ਤੂੰ ਜੀ ਲੈ ਜਾ ਯਾਦ ਆ ਜਾ ਓਨੂੰ ਮੈਂ ਦੁੱਧ ਪਾਉਣਾ ਓਦੇ ਹੱਟੜੇ ਬੁੱਲ ਹਾਂ ਮੈਂ ਕਿਹਾ ਮੇਰੇ ਜੀਲੇ ਨਾਲੋਂ ਵੱਡੇ ਨਹੀਂ ਓਨੇ ਦੁੱਧ ਪੀਣਾ ਅੱਧਾ ਕਿਲੋ ਦੁੱਧ ਦੋ ਦੋ ਰੇ ਸੈਕਿੰਡ ਚ ਪੀ ਜਾਣਾ ਮੈਂ ਕਹਾ ਮੇਰਾ ਜੀਲਾ ਇੱਥੇ ਹੁੰਦਾ ਉਹਦੇ ਅੱਗੇ ਸਾਲਨ ਦੀ ਪਲੇਟ ਰੱਖਦੇ ਉਹ ਇਦਾਂ ਨਾ ਬੁੱਲ ਫੇਰਦਾ ਜੀ ਥਲੋ ਨੰਬਰ ਪੜੇ ਜਾਂਦੇ ਸਾਲ ਮੈਨੂੰ ਬਾਬਾ ਜੀ ਫੀਡਰ ਦੇ ਵਿੱਚ ਨਾ ਕੱਚੀ ਲੱਸੀ ਬਣਾ ਕੇ ਦਿੰਦੇ ਸਨ ਤੇ ਮੇਰੇ ਤੋਂ ਬਾਅਦ ਬਿੱਲੇ ਨੂੰ ਦੁੱਧ ਪੀਈ ਜਾਣ ਦਿੰਦੇ ਬਸ ਪਾਇਨ ਤੁਸੀਂ ਹੁਣ ਆ ਗਏ ਮੇਰਾ ਵਿਆਹ ਵੀ ਹੋ ਜਾਣਾ ਹੈ ਬਸ ਚੱਲਿਆ ਇਸ ਲਈ ਤੇ ਆਇਆ ਮੈਂ ਮੇਰੇ ਵੀਰ ਕੀ ਖਾਏਗਾ ਮੈਨੂੰ ਬੜੀ ਭੁੱਖ ਲੱਗੀ ਏ ਮੈਂ ਉੱਥੇ ਬਾਹਰ ਜਦੋਂ ਗਿਆ ਨਾ ਯਕੀਨ ਕਰ ਜਦੋਂ ਮੈਂ ਕਿਸੇ ਮਾਰਕੀਟ ਚੋਂ ਲੰਘਦਾ ਸੀ ਮੈਂ ਜਿੱਥੇ ਕਿਦਰੇ ਦੁਕਾਨ ਦੇ ਆਈ ਜਾਨ ਨਿਕਲ ਜਾਣੀ ਮੈਨੂੰ ਹੋਰ ਭਾਈ ਨੇ ਕਿਉਂ ਲਾਣਾ ਮੈਨੂੰ ਤੇਰਾ ਹੱਥ ਨਜ਼ਰ ਆਣਾ ਮੈਂ ਕਹਿੰਦਾ ਮੇਰੀ ਭੈਣ ਪਰਾਠੇ ਪਕਾਣ ਲਈ ਹੈ ਸਦਕਿ ਮੈਂ ਹੁਣੇ ਬਣਾ ਕੇ ਲਿਆਣੀ ਕੰਮ ਕਰਨ ਗਿਆ ਸੀ ਜੇ ਉੱਥੇ ਅੰਦਰ ਹੋਇਆ ਸੀ ਮੇਰਾ ਵੀਰ ਮੈਂ ਤੇਰੇ ਵਾਸਤੇ ਪਹਿਲੇ ਫਰੂਟ ਲਿਆਣੀ ਬਾਅਦ ਤੇਨੂੰ ਪਰਾਠੇ ਖਵਾਵਾਂਗੀ ਮੇਰਾ ਪਰਾਠਾ ਖਾਣ ਨੂੰ ਦਿਲ ਕਰਿਆ ਸੀ ਅੱਛਾ ਗੱਲ ਸੁਣ ਆਂਡਾ ਵੀ ਬਣਾ ਲਈ ਜਿਹੜਾ ਬਣਾਉਂਦੀ ਹੁੰਦੀ ਸੀ ਮੈਂ ਖਵਾਣੀ ਆ ਤੁਹਾਨੂੰ ਬੜੀ ਥੋਖ ਲੱਜ ਆ ਉਹ ਬੈਕ ਚੁੱਕ ਕੇ ਇੱਧਰ ਕਰ ਬੈਕ ਇੱਧਰ ਕੱਲਾ ਜਰਾ ਜੋ ਆਈ ਦੋ ਜਣ ਰਲ ਕੇ ਚੁੱਕੋ ਦੋ ਜਣੇ ਓਏ ਹਾਂ ਧਿਆਨ ਧਿਆਨ ਇਧਰ ਆ ਕੇ ਤੇ ਮੇਰੇ ਕੋਲ ਰੱਖ ਅੱਬਾ ਜੀ ਕੋਲ ਕਿਉਂ ਰਖਾ ਰਹੇ ਹੋ ਓ ਜਵਾਈ ਭਾਈ ਨਾਲ ਚੋਰੀ ਤਾਂ ਬਹੁਤ ਆ ਦਿੰਦਾ ਬਸ ਅੱਬਾ ਜੀ ਹੁਣ ਜਲਦੀ ਜਲਦੀ ਨਾ ਮੇਰਾ ਵਿਆਹ ਕਰ ਦਿਓ ਕਿਉਂਕਿ ਭਾਇਨ ਤੇ ਆ ਗਏ ਨੇ ਜਲਦੀ ਹੁਣ ਮੈਂ ਸਾਈਕਲ ਤੇ ਬੈਕ ਕਰ ਲਵਾਂ ਉਹ ਤਾਂ ਕੁੜੀ ਲੰਬੇ ਕਿਤੇ ਫੇਰੀ ਹੈ ਨਾ ਅੱਬਾ ਜੀ ਪਤਾ ਕੀ ਹੈ ਹੁਣ ਦੇਖੋ ਜਵਾਨ ਹੋ ਗਿਆ ਤੇ ਨਾ ਵਾਦਾ ਵੀ ਕੀਤਾ ਸੀ ਕਿ ਜਦੋਂ ਮੈਂ ਬਾਹਰੋਂ ਵਾਪਸ ਆਵਾਂਗਾ ਤੇ ਵਿਆਹ ਹੋਏਗਾ ਹੁਣ ਇਹਦਾ ਕੋਈ ਚੰਗਾ ਜਿਹਾ ਰਿਸ਼ਤਾ ਵੇਖ ਕੇ ਨਾ ਤੇ ਮੇਰਾ ਵਿਆਹ ਕਰ ਦਿਓ ਹਾਂ ਉਹ ਤਾਂ ਤੋ ਧੋਬੀ ਐ ਨਹੀਂ ਬੰਨੀ ਫੈਸਲੇ ਪੁੱਠੇ ਹੁੰਦੇ ਉੱਥ ਮੈਂ ਤੇਰੇ ਹੱਥੇ ਫਰੂਟ ਲੈ ਕੇ ਆਈ ਆ। ਆਹ ਪੈਣਾ ਹੀ ਹੁੰਦੀਆਂ। ਇਹ ਖਾਏਗਾ ਤੇ ਜਾਨ ਬਣਾਏਗਾ। ਇੱਕ ਮਾੜਾ ਹੋ ਗਿਆ ਮੇਰਾ ਵੀਰ। ਇਹ ਕੋਈ ਆਮ ਰੇੜੀ ਦਾ ਫਰੂਟ ਨਹੀਂ ਹੈ। ਇਹ ਅਲਫਤਾ ਦੀ ਰੇੜੀ ਦਾ। ਨਹੀਂ, ਮੇਰਾ ਮਤਲਬ ਇਹ ਮੈਂ ਆਪਣੇ ਘਰ ਲਾਏ ਨੇ। ਅੱਛਾ ਬੂਟਾ ਘਰ ਲਾਇਆ। ਹਾਂ, ਆਪਣੇ ਹੱਥਾਂ ਨਾਲ ਪਾਣੀ ਦਿੱਤਾ ਤੇ ਕਰੀਮਾ ਪਾੜ ਕੇ ਆਪਣੇ ਵੀਰ ਵਾਸਤੇ। ਮੈਂ ਸੱਜੇ ਜਾਵਾਂ। ਇਹ ਆਪਣਾ ਆਪਣੇ ਘਰ ਦਾ ਬੂਟਾ। ਤੇ ਹੋਰ ਕੀ? ਤੇ ਸਟicker ਨਿਊਜ਼ੀਲੈਂਡ ਦਾ ਲੱਗਾ ਉੱਤੇ। ਇਹ ਏਡੀ ਦੂਰ ਪਾਣੀ ਦੇਣ ਜਾਂਦੀ ਸੀ। ਬਲੋ ਮੈਨੂੰ ਦਵਾਈਆਂ ਆਣ ਲੱਗੀਆਂ 7-8 ਘੰਟੇ ਲੱਗ ਗਏ ਨੇ। ਨਿਊਜ਼ੀਲੈਂਡ ਚ ਇੱਕ ਮਿੰਟ ਤੋਂ ਹੋਾਈ ਅੱਪਾ ਇਸ ਸਟਿੱਕਰ ਮੈਂ ਆਪ ਲਾਇਨੇ ਲਿਆ ਕੇ ਤੁਹਾਡੇ ਵਾਸਤੇ ਸਪੈਸ਼ਲ ਕਿਸ ਕਿਧਰ ਆਪ ਲਾਇਨੇ ਅੱਛਾ ਤੂੰ ਵੀ ਬੜਾ ਸਿਆਣਾ ਸਟਿੱਕਰ ਵੀ ਉੱਥੇ ਲੈ ਜੇ ਤੋ ਗਲਿਆ ਹੋਇਆ ਨਾਲੇ ਭਾਈ ਜਮੀਲ ਇਹਦੀ ਖਾਸ ਗੱਲ ਇਹ ਆ ਕਿ ਇੱਕੋ ਹੀ ਬੂਟੇ ਨਾਲ ਸਾਰੇ ਫਰੂਟ ਉੱਗੇ ਜੇ ਆ ਕੇਲਾ ਮਾਲਟੇ ਸੇਬ ਅੱਬਾ ਜੀ ਇੱਥੇ ਐਡਾ ਵਧੀਆ ਫਰੂਟ ਬਣਦਾ ਪਿਆ ਤੁਸੀਂ ਕੁਝ ਬੋਲਦੇ ਨਹੀਂ ਪੈ ਮੈਂ ਬੁੱਤ ਇਸ ਤਰ੍ਹਾਂ ਨਹੀਂ ਬੋਲਦਾ ਵਿਚਾਰ ਮੰਜੇ ਡਾਉ ਤੇ ਮੇਰਾ ਘਰਪੁਰ ਹੋ ਜਾਂਦਾ ਇਹ ਬੂਟੇ ਕਿੱਥੇ ਲੱਗੇ ਆ ਇਹ ਅੱਬਾ ਜੀ ਕੀ ਹੋਇਆ ਛਾਤੇ ਲਾਏ ਗਮਲੇ ਦੇ ਕਿਉਂ ਵੀਰੇ ਕੇਲੇ ਨੇ ਛੋਟੇ ਛੋਟੇ ਕਿਉ ਇਹ ਨਾ ਭਾਏ ਨਾ ਕਿਨੂਆ ਕੋ ਛੜ ਛੜ ਕੇ ਛੋਟੇ ਹੋਏ ਹਾਂ ਖਾਓ ਨਾ ਤੁਸੀਂ ਖਾਂਦੇ ਪਤਾ ਨਹੀਂ ਕਿਉਂ ਨਹੀਂ ਪੈ ਹਾਂ ਅੱਛਾ ਵੀ ਅੱਛਾ ਕੀਤਾ ਤੁਸੀਂ ਮੈਂ ਦੱਸਦਾ ਇੰਜ ਖਾਈਦਾ ਮੇਰਾ ਵੀਰ ਮੇਰੇ ਵਾਸਤੇ ਕੀ ਕੀ ਲੈ ਕੇ ਆਇਆ ਹੈ ਦੁਬਈ ਤੋਂ ਹਾਂ ਅੱਲਾ ਮੇਰੀ ਤੌਬਾ ਵੀ ਇਹ ਡੜੇ ਵੱਡੇ ਸ਼ਾਪਿੰਗ ਮਾਲ ਉੱਥੇ ਅੱਛਾ ਜੀ ਦੁਨੀਆ ਦੀ ਕਿਹੜੀ ਸ਼ੈ ਜਿਹੜੀ ਉੱਥੇ ਨਹੀਂ ਮਿਲਦੀ ਸੋਨੇ ਦਾ ਸੈਟ ਵੀ ਮਿਲਦਾ ਹੈ ਸੋਨਾ ਤੇ ਉੱਥੇ ਇੰਜ ਲੱਗਾ ਜਿਵੇਂ ਆਪਣੇ ਰੇੜੀਆਂ ਤੇ ਅੰਗੂਰ ਨਹੀਂ ਲੱਗਾ ਹੁੰਦਾ ਇਸ ਤਰ੍ਹਾਂ ਝੱਲਾ ਮਾਰਨ ਦੇ ਬਲ ਕੇ ਇਸਰਾ ਪਿਆ ਜੀ ਮੇਰੇ ਅੰਗੂਰਾਂ ਤੋਂ ਉਹਦੇ ਭੂਂਡ ਫਿਰਣੇ ਹੁੰਦੇ ਨੇ ਸੋਨਾ ਪੀਲਾ ਸੋਨਾ ਹੀ ਸੋਨਾ ਬਈ ਮੈਂ ਤਾਂ ਜਾ ਪਿਆ ਦੇ ਕੇ ਉੱਥੇ ਨਾ ਜੀ ਸੇਬ ਐੜਾ ਹੁੰਦਾ ਅੱਛਾ ਇੱਕ ਬੰਦਾ ਇੱਕ ਸੇਬ ਸਿਰ ਤੇ ਚੁੱਕ ਕੇ ਲਿਆ ਕੇ ਜਾਂਦਾ ਦਰਨੀ ਬੜੀ ਪੈਂਦੀ ਨਾ ਅੱਛਾ ਫਲ ਗੁੱਸੇ ਚ ਸੋਚ ਜਾਂਦਾ ਉਹ ਭਾਜੀ ਇਹਨਾਂ ਨੂੰ ਦੱਸੋ ਮੈਂ ਤੇ ਜਾ ਕੇ ਵੇਖ ਹੀ ਲੈਣਾ ਆਪਣਾ ਵੀਜ਼ਾ ਲਿਆਂਦਾ ਮੇਰਾ ਭਾਈ ਵੀਜ਼ਾ ਚੱਲਾ ਹੋਇਆ ਦੁਬਈ ਦਾ ਵੀਜ਼ਾ ਕੋਈ ਮੁਸ਼ਕਲ ਆ ਅੱਛਾ ਜੀ ਯਾਨੀ ਮੁਸ਼ਕਲ ਆ ਗਿਆ ਅਜਾ ਐੜਾੜਾ ਜੇ ਉੱਥੇ ਅੰਗੂਰ ਹੁੰਦਾ ਐੜੇ ਦਾ ਆਪਾਂ ਅੰਗੂਰ ਐਂ ਕਰਕੇ ਖਰੀਦਿਆ ਨਾ ਉੱਥੇ ਅੰਗੂਰ ਕੱਟ ਕੇ ਖਾਣਾ ਪੈਂਦਾ ਫਾੜੀਆਂ ਕੱਟ-ਕੱਟ ਕੇ ਆ ਪੁੱਤ ਤੈਨੂੰ ਪਤਾ ਜਦੋਂ ਤੂੰ ਜਾਣ ਲੱਗਾ ਵੀਜੇ ਜੋ 3000 ਘਟਿਆ ਮੈਨੂੰ ਜਤਾਈ ਨਾ ਜਤਾਈ ਨਾ ਤੇਰੇ ਪੈਸੇ ਮੈਂ ਲਾ ਦੇਣੇ ਨੇ ਐ ਨਾ ਕਹਿੰਦੀ ਕਿ ਮੈਂ ਤੂੰ ਪੈਸੇ ਦੇ ਕੇ ਭੇਜਿਆ ਆਸਾਨ ਨਹੀਂ ਰਹਿਣਾ ਅੱਬਾ ਆਸਾਨ ਨਹੀਂ ਮਰਕਣਾ ਕਿਸੇ ਦਾ ਓਏ ਜਵੀਲ ਮੇਰੇ ਘੜੀ ਲਿਆਂਦੀ ਆ ਘੜੀ ਜੜੀ ਆਪਣਾ ਰੋਲੈਕਸ ਦੀ ਹੈ ਨਾ ਵਾਹ ਤੇ ਇੱਕ ਦੇ ਹੁੰਦੀ ਚਾਬੀ ਵਾਲੀ ਚਾਬੀ ਵਾਲੀ ਹੋ ਜਾਂਦੀ ਖਰਾਬ ਹਾਂ ਅੱਛਾ ਜੀ ਉਹ ਬੰਦਾ ਘਰ ਘਰ ਕਰਨ ਨਹੀਂ ਘੜੀਓ ਚੰਗੀ ਹੁੰਦੀ ਹੈ ਜਿਹੜੀ ਬਿਗੈਰ ਚਾਬੀ ਦਾ ਹੋਵੇ ਆਟੋਮੈਟਿਕ ਹੋਵੇ ਐਂਦ ਕਰਕੇ ਤੁਸੀਂ ਰਾਤ ਨੂੰ ਜਦੋਂ ਦੇਖਣਾ ਉੱਚ ਬੱਤੀ ਬਲਦੀ ਹੈ ਵਾਹ ਦਿਨੇ ਜਦੋਂ ਦੇਖਣੀ ਉੱਚ ਧੋਪ ਆਂਦੀ ਹੈ ਆਹ ਯਾਰ ਚਾਹੀਦੀ ਆ ਪੁੱਤ ਮੇਰੇ ਲਈ ਜ਼ਤੂਨ ਦਾ ਤੇਲ ਲੈ ਆਂਦਾ ਜ਼ਤੂਨ ਦਾ ਤੇਲ ਹਾਂ ਉੱਥੇ ਜਿਹੜਾ ਨਾ ਜੀ ਦੁਬਈ ਦੇ ਵਿੱਚ ਹਾਂ ਜੀ ਅਰਬੀ ਲੋਕ ਜਿਹੜੇ ਨੇ ਹਾਂ ਬਈ ਮੈਂ ਮੰਨ ਗਿਆ ਉਹਨਾਂ ਨੂੰ ਹਾਂ ਬਈ ਜੋ ਜ਼ਤੂਨ ਦੇ ਫਾਇਦੇ ਉਹ ਚੁੱਕਦੇ ਪੈਣਾ ਸਾਨੂੰ ਲੋਕਾਂ ਦਾ ਪਤਾ ਨਹੀਂ ਆਪਾਂ ਤਾਂ ਬੇਵਕੂਫੀ ਕਰਾਂ ਜੀ ਜੀ ਵਰਜਨ ਆਇਲ ਹਾਂਡੀਆਂ ਚ ਉਹ ਪਾਉਂਦੇ ਨੇ ਵਾਹ ਵਾਹ ਠੀਕ ਹੈ ਜਦੋਂ ਸਲਾਦ ਘੱਟਦੇ ਨੇ ਨਾ ਉਹਦੇ ਉੱਤੇ ਵੀ ਛਿੜਕ ਲੈਂਦੇ ਨੇ ਅੱਛਾ ਵੀ ਇੰਨਾ ਖਾਂਦੇ ਨੇ ਬਈ ਵੱਡੀਆਂ ਪੀਪੀਆਂ ਇਹ ਜਿਹੜੀਆਂ ਰੱਖੀਆਂ ਉਹਨਾਂ ਨੇ ਬੜੀ ਗੱਲ ਹੈ ਠੀਕ ਹੈ ਮੈਂ ਤੇ ਜਾਂਦਿਆਂ ਉੱਥੇ ਵੇਖਿਆ ਕਿ ਐਡੀ ਉੱਥੇ ਇੱਕ ਪੀਪੀ ਪਈ ਹੈ ਮੈਨੂੰ ਆਇਆ ਚਾਚਾ ਯਾਰ ਮੈਂ ਕਿਹਾ ਵੀ ਚਾਚਾ ਅਸਮ ਇੱਕ ਪੀਪੀ ਲੈ ਜਾਣੀ ਜ਼ਰੂਰ ਹੈ ਮੇਰਾ ਪੋਤਾ ਬੈਗ ਖੋਲ ਕੇ ਨਾ ਮੇਰੀ ਪੀਪੀ ਮੈਨੂੰ ਫੜਾ ਦੇ ਆ ਕਿਤੇ ਰੋਲ ਨਾ ਜਾਏ ਉਹ ਮੁੰਡਿਆ ਤੇਰੀ ਬੀਬੀ ਬੁੱਧ ਕੱਢ ਕੇ ਫੜਾ ਦੇ ਕਿਤੇ ਉਹ ਤੇਲ ਘੜੀ ਦੇ ਵਿੱਚ ਨਾ ਪੈ ਜਾਵੇ ਇਹ ਨਾਲ ਉਹ ਚਲਦੀ ਘੜੀ ਬੰਦ ਹੋ ਜੇ ਵਿੱਚ ਮੇਰਾ ਵੀਰ ਮੇਰਾ ਸੈਟ ਸੋਨੇ ਦਾ ਖਰਾਬ ਨਾ ਹੋ ਜੇ ਕਰ ਦੇ ਦੀ ਤੇਲ ਦੀ ਥੀਤੀ ਕਢੋ ਨਾ ਨਾ ਹੋਵੇ ਤੇਲ ਕਾਗਿਆਂ ਤੇ ਡਿੱਗ ਪਵੇ ਤੇ ਮੇਰਾ ਵੀਜ਼ਾ ਹੀ ਸਾਰਾ ਖਰਾਬ ਹੋ ਜੇ ਐਨੇ ਨਾ ਹੋ ਮੇਰੀ ਸ਼ੇਰਵਾਨੀ ਖਰਾਬ ਹੋ ਜੇ ਕੱਲ ਹੀ ਇਹਨਾਂ ਸਮਾਨ ਹੋਏ ਇਹ ਕੁੜੀਏ ਜੀ ਅੱਬਾ ਕਮਾਲ ਦਾ ਫੜਾ ਐਲੋ ਨਹੀਂ ਭਾਈ ਸ਼ੇਰਵਾਨੀ ਤੁਸੀਂ ਲਿਆਏ ਹੋ ਨਾ ਮੇਰੇ ਵਾਸਤੇ ਸ਼ੇਰਵਾਨੀ ਜਿਹੜਾ ਸਮਾਨ ਉਹ ਲੈ ਕੇ ਆਏ ਜਿਹੜੀ ਅੱਜ ਤੱਕ ਕਿਸੇ ਨੇ ਪਾਈ ਨਹੀਂ ਹੋਣੀ ਇਹ ਪੰਜਵੇਂ ਇਗਨੋਰ ਕਰ ਰਿਹਾ ਮੈਨੂੰ ਲੱਗਦਾ ਸ਼ੇਰਵਾਨੀ ਨਹੀਂ ਇਹ ਹਾਕੀ ਦਾ ਪਲੇਅਰ ਸਲੀਮ ਸ਼ੇਰਵਾਨੀ ਲੈ ਆਇਆ ਹੈ ਅੱਛਾ ਮੇਰਾ ਵੀਰ ਕਿਹੜਾ ਬੈਗ ਖੋਲਣ ਦੱਸ ਨਾ ਅਜੇ ਨਾ ਖੋਲੋ ਆਪਣਾ ਪੁੱਤ ਆਪਣਾ ਆਰਾਮ ਨਾਲ ਪਹਿਲੇ ਖਾ ਰੋਟੀ ਰੋਟੀ ਖਵਾਓ ਸਕੂਲ ਨਾਲ ਮੇਰਾ ਪਰੇ ਹੋ ਜਾ ਰੋਟੀ ਤੇ ਖਾਂਦੇ ਹੀ ਰਾਂਗੇ ਖੋਲ ਹੀ ਨਹੀਂ ਲੈ ਉੱਠ ਕੇ ਸੌਂ ਕੇ ਉੱਠ ਕੇ ਜਰਾ ਥੱਕੇ ਹੋਏ ਆ ਨਹੀਂ ਮੈਂ ਤਾਂ ਆਪਣੀ ਸ਼ੇਰਵਾਨੀ ਵੇਖਣੀ ਵੇਖੀ ਹਾਂ ਇੱਕ ਮਿੰਟ ਸਬਰ ਕਰੋ ਜਰਾ ਧਿਆਨ ਨਾ ਧਿਆਨ ਨਾ ਜੀ ਜਾ ਬਾੜ ਨਾ ਜਾਏ ਪੁੱਤ ਗੱਲ ਸੁਣ ਲਓ ਮੇਰੀ ਰੋਟੀ ਤੇ ਮੰਗਵਾ ਲਓ ਜਰਾ ਭਾਈ ਨੇ ਹੈ ਕੀ ਆ ਕੋ ਖਾਣ ਵਾਲੀ ਚੀਜ਼ ਆ ਨਹੀਂ ਨਹੀਂ ਪਤਾ ਮੈਂ ਜਿੱਥੇ ਰਹਿੰਦਾ ਸੀ ਨਾ ਹਾਂ ਉੱਥੇ ਪਈਆਂ ਸਨ ਮੈਂ ਚੁੱਕ ਕੇ ਬੈਗ 'ਚ ਰੱਖ ਲਈਆਂ अच्छा चलो दुबई ਦੀਆਂ ਕੱਦੀਆਂ ਇਹ ਕੱਪੜੇ ਇਹਦੇ ਚ ਕੀ ਹੈ ਇਹ ਪਤਾ ਕਮ ਵਾਲੀ ਸ਼ਰਵਾਨੀ ਲੱਕਦੇ ਓਏ ਹੋਏ ਇਹਦੇ ਚ ਤਾਂ ਬੋ ਆ ਰਹੀ ਏ ਅਜਾ ਤੋਤੀ ਨਹੀਂ ਨਾ ਇਸ ਵਾਸਤੇ ਮੈਂ ਉਥੇ ਕਿਚਨ ਚ ਪਿਆ ਹੁੰਦਾ ਸੀ ਕਪੜਾ ਸਾਫ ਕਰਨ ਵਾਲਾ ਦਸਤ ਮੇਰਾ ਸੋਨੇ ਦਾ ਸੈੱਟ ਕਿੱਥੇ ਰੱਖਿਆ ਤਾਂ ਸਾਰੇ ਧੋਣ ਵਾਲੇ ਕੱਪੜੇ ਨੇ ਧੋਲਾ ਨਾ ਜਾ ਕੇ ਇਹਨਾਂ ਨੂੰ ਪੁੱਤਰ ਹਾਂ ਕੀ ਹੈ ਅਰੇ ਨਹੀਂ ਦੂਜਾ ਜਾਲੀ ਸਾਪਾ ਹਾਂ ਇਹ ਉਥੇ ਪਤਾ ਕੀ ਹੈ ਹਾਂ ਉਥੇ ਮੈਂ ਨਾ ਆਪਣਾ ਮਜਮਾ ਵੀ ਲਾਂਦਾ ਸੀ ਓਹੋ ਮੇਰਾ ਜ਼ੇਵਰ ਕਿੱਥੇ ਆਈਫੋਨ ਕਿੱਥੇ ਅੱਬਾ ਜੀ ਦੀ ਘੜੀ ਕਿੱਥੇ ਇਹਦੇ ਤੇ ਕੁਝ ਵੀ ਨਹੀਂ ਹੈ। ਚਲ ਜੇ ਗੱਲ ਸੁਣ ਇਹ ਤੇ ਮੇਰੇ ਕੱਪੜਿਆਂ ਦਾ ਬੈਗ ਹੈ। ਤੁਸੀਂ ਐਵੇਂ ਬੇਬਕ ਹੋ ਜਾ ਰਹੇ। ਮੇਰਾ ਜਿਹੜਾ ਬੈਗ 에어ਪੋਰਟ ਤੇ ਰੁਕ ਗਿਆ ਜਿੱਥੇ ਸਮਾਨ ਕਸਟਮ ਵਾਲਿਆਂ ਨੇ ਰੋਕਿਆ। ਉਹ ਚੈਕਿੰਗ ਹੋ ਰਹੀ ਉਹ ਆ ਰਿਹਾ ਉਹਦੇ ਚ ਸਾਰਾ ਕੁਝ ਹੈ ਉਹਦੇ ਚ। ਲਓ ਜੀ ਐ ਤੇ ਕੋਈ ਵਰਦੀ ਚੀਜ਼ ਹੀ ਲੱਗ ਰਹੀ। ਭਾਈ ਨੇ ਢੋਲ ਕੇ ਕਿਥੋਂ ਲੈ ਲਈ? ਤੂੰ ਮੈਨੂੰ ਕਹਿ ਰਹੇ ਸੀ ਮੇਰੇ ਐਸੇ ਸ਼ੇਰ ਵਜਾਣੀ ਲਿਆ। ਉਹ ਸ਼ੇਰ ਵਾਨੀ ਕਿਹਾ ਸੀ। ਭਾਈ ਤੁਸੀਂ ਲੈ ਕੇ ਕਿਉਂ ਆਏ ਹੋ? ਉਹ ਯਾਰ ਉਹ ਆਫਤਾ ਭਾਈ ਨੇ ਦਿੱਤੀ ਉਹਨੇ ਕਿਹਾ ਮੁੰਡੇ ਦਾ ਨਾ ਕੁਝ ਸਮਾਨ ਰਹਿ ਗਿਆ ਸਾਨੂੰ ਵਾਪਸ ਕਰ ਦੇ। ਉਹ ਦਾਦੇ ਭਾਈ ਮੰਗਦਾ ਸੀ ਕੱਲ ਚ ਪਾ ਕੇ ਰੋਟੀ ਤੇ ਪਕਾਓ ਨਾ ਉਧਰ ਰੋਟੀ ਖਵਾਉਣੇ ਬੈਗ ਆ ਲਾਂਦੇ ਹਾਂ ਅੱਜ ਤੂੰ ਉਨ ਕੀ ਪੱਕੰਦੇ ਭਾਈ ਪਤਾ ਕਿ ਉਹ ਬੰਦੇ ਨੂੰ ਫੋਨ ਕਰੋ ਕਿਤੇ ਮੇਰਾ ਵੀਜ਼ਾ ਨਾ ਕਿਸੇ ਆਪਣੇ ਰਿਸ਼ਤੇਦਾਰ ਨੂੰ ਦੇ ਦੇਵੇ ਫੋਨ ਤੂੰ ਜਿਆਦਾ ਫੋਨ ਨਹੀਂ ਆ ਰਿਹਾ ਅਲੈਕਮ ਮੁਹੰਮਦ ਅਲਬਾਕਿਸਤਾਨ ਅਲਾ ਬਾਲਦ ਅਲਮਤਮਤ ਸ਼ਰੀਫਾ ਵਲ ਕੁੱਲ ਲਿਲ ਰਿਸ਼ਤੇਦਾਰੀ ਹੱਥ ਚੁੱਕ ਲੋ ਅਲਬਾਹਦ ਬਾਹਦ ਬਾਹਦ ਅਲਸਤਾ ਅਯਾਮ

ਮੇਰਾ ਕਫੀਲ ਸੀ ਅੱਛਾ ਜਦੋਂ ਕੋ ਮੈਂ ਕੰਮ ਕਰਦਾ ਸੀ ਸਾਰਾ ਉਹਦੇ ਕੋਈ ਸ਼ੋਅਰੂਮ ਉੱਥੇ ਅੱਛਾ ਇਹਦੀਆਂ ਕੋ ਗੱਡੀਆਂ ਇੱਕ ਗੱਡੀ ਚੋਂ ਲੈਂਦਾ ਦੂਜੀ ਤੇ ਚੜ ਜਾਂਦਾ ਦੂਜੀ ਚੋਂ ਲੈਂਦਾ ਚੌਥੀ ਤੇ ਚੜ ਜਾਂਦਾ ਇਹ ਬੱਸਾਂ ਹੀ ਦਵਾਈਆਂ ਵੇਚਦਾ ਉੱਥੇ ਕੋਣ ਹੈ ਇਹ ਵੇਖ ਬਾਰ ਭਾਈ ਕੋਰੀਅਰ ਵਾਲਾ ਆਇਆ ਉਹਨੂੰ ਕੋ ਮੈਂ ਬਾਹਰ ਆਨਾ ਇਹ ਕੁੜੀਏ ਹਾਂ ਉਹ ਪੁੱਤ ਦਾ ਗੋਸ਼ਟ ਜਿਹੜਾ ਬੋਣਾ ਨਾਲੇ ਕੀਮਾ ਬਣਾ ਮਟਰ ਕੀਮਾ ਨਾਲੇ ਮੇਰੇ ਪੁੱਤ ਵਾਸਤੇ ਨਾ ਖੀਰ ਵੀ ਬਣਾ ਸਭ ਕੁਝ ਬਣਾਵਾਂਗੀ ਮੈਂ ਹੁਣ ਲੈ ਕੇ ਜੂਸ ਲੈ ਕੇ ਆਨੇ ਦਾ ਆ ਜਾ ਤਾ ਜੂਸ ਫੜ ਕੇ ਲੈ ਕੇ ਆ ਬਣਾ ਆਪਣਾ ਅੱਬਾ ਜੀ ਉਹ ਆਪਣਾ ਕੋਰੀਅਰ ਵਾਲਾ ਆ ਗਿਆ ਮੈਂ ਤਾਂ ਸੋਚਿਆ ਸੀ ਆਪਣਾ ਜੇ ਬੈਗ ਲੱਭਣਾ ਨਹੀਂ ਛੇਤੀ ਮੇਰਾ ਸ਼ਹਜ਼ਾਦਾ ਵੀਰ ਲੈ ਜੂਸ ਪੀ ਤੂੰ ਆਪਣੀ ਜਾਨ ਬਣਾ ਕਿੱਡਾ ਮਾੜਾ ਹੋ ਗਿਆ ਮੈਂ ਜਰਾ ਕੋਰੀਅਰ ਵਾਲੇ ਨੂੰ ਬਾਹਰ ਰੋਕੀ ਲੈ ਐ ਬਿਸਕਟ ਖਾ ਨਾ ਅੱਬਾ ਜੀ ਆ ਕੋਰੀਅਰ ਵਾਲਾ ਵੀ ਤੋਰੀਅਰ ਵਾਲੇ ਕੱਪੜੇ ਲੈ ਆਇਆ ਉਹ ਬੁੱਧ ਦੁਬਈੋਂ ਆਇਆ ਤੇ ਰੇੜੀ ਬੰਦ ਕਰਕੇ ਆਇਆ ਤੂੰ ਇਹ ਭਾਈ ਦੁਬਈ ਗਏ ਸੀ ਜਾਂ ਜੜਾਂ ਵਾਲੇ ਗਏ ਸੀ ਕੀ ਮਤਲਬ ਉਹ ਖਾਣਾ ਖਰਾਬ ਉਹ ਇਹ ਕਿਹੜੇ ਦੁਬਈ ਗਏ ਆ ਕਾਕਾ ਤੂੰ ਕਾਕਾ ਇਹ ਦੁਬਈ ਨਹਿਰ ਤੇ ਲੰਡਾ ਲਾਉਦਾ ਰਿਹਾ ਤੂੰ ਇੱਥੇ ਕਿਹੜੀ ਕਮੀ ਤੇ ਮੇਰਾ ਵੀਜ਼ਾ ਲਗਾਵਾ ਮੇਰਾ ਸੋਨੇ ਦਾ ਸੈੱਟ ਮੇਰੇ ਮੇਰੀ ਸ਼ੇਰਵਾਨੀ ਨਹੀਂ ਆਈ ਦੇਖੋ ਜੁਨੈਦ ਭਾਈ ਇਹਨਾਂ ਘਰ ਵਾਲਿਆਂ ਨੂੰ ਬੰਦਾ ਕੌਣ ਸਮਝਾਏ ਮੈਂ ਜੇ 3 ਮਹੀਨੇ ਨੇ ਹੋਏ ਦੁਬਈ ਰਹਿ ਕੇ ਆਇਆ ਨਾ ਉੱਥੇ ਕੰਮ ਲੱਭਾ ਨਾ ਵਾਸਤਾ ਮੈਂ ਡਿਪੋਰਟ ਹੋ ਕੇ ਵਾਪਸ ਆਇਆ ਤੇ ਪਿੱਛੇ ਬੈਠੇ ਇੰਜ ਆਸਾਂ ਉਮੀਦਾਂ ਲਾ ਲੰਦੇ ਨੇ ਜਿਵੇਂ ਜਾਂਦੇ ਆ ਉਥੇ ਦਰਖਤਾਂ ਦੇ ਨਾਲ ਮੋਬਾਈਲ ਲੱਗੇ ਹੋਣਗੇ ਦਰਖਤਾਂ ਨਾਲ ਜ਼ੇਵਰ ਲੱਗਾ ਹੋਏਗਾ ਹਰ ਸੇ ਜਾਂਦੇ ਬੰਦਾ ਲੁੱਟ ਮਾਰ ਕੇ ਲੈ ਆਏਗਾ ਉਥੇ ਜਾ ਕੇ ਬੜੀ ਮਿਹਨਤ ਕਰਨੀ ਪੈਂਦੀ ਏ ਫਿਰ ਜਾ ਕੇ ਕਿਧਰੇ ਬੰਦਾ ਆਪਣੀ ਦੋ ਟਾਈਮ ਦੀ ਰੋਟੀ ਖਾਣ ਦੇ ਕਾਬਿਲ ਹੁੰਦਾ ਤੇ ਘਰ ਵਾਲੇ ਸਮਝਦੇ ਨੇ ਕਿ ਪਤਾ ਨਹੀਂ ਕੀ ਕੁਝ ਲੈ ਆਏਗਾ ਲੈ ਆਂਦਾ ਤੇ ਇੱਜ਼ਤ ਨਹੀਂ ਲੈ ਕੇ ਆਇਆ ਤੇ ਜ਼ਲੀਲ ਕਰਦੇ ਪੈ ਨੇ ਇਹ ਫਰੂਟ ਚੱਕ ਗੋ ਵਗ ਬਜ਼ਾਰ ਤੇ ਲੱਗੇ ਮੇਰੇ ਫੋਨ ਤੇ ਉਥੇ ਪਾਰੀ ਤੋਂ ਬਾਜੇ ਵਾਲੇ ਦਾ ਜਾਂਦਾ ਰਿਹਾ ਹੈ ਹੈ ਅੱਛਾ ਗੱਲ ਸੁਣੋ ਤੁਸੀਂ ਮੇਰੀ ਜ਼ਰਾ ਇੱਜ਼ਤ ਨਹੀਂ ਕੀਤੀ मेरे कपड़े पैक करके दो मैं वापस आऊंगा आज <laughs> इंडिया में लेना एक छोटा सा वक्फा हमारे साथ रहिएगा तेरी महफिल को खुदा रख के अब तक कायम हाँ फैस आप दग्रेट तेरी महफिल को खुदा रख के अब तक कायम हम तो मेहमान हैं घड़ी भर के हमारा क्या हमारा, हमारा क्या बात है बाबा और स्कालो बाबूजी जुगत डक के रख मैं थोड़ी जी दुआ भी कर ये शेर पड़े है। मेरी दुआ है कि हमारी ये महफिल ऐसे ही आबाद रहे शाद रहे नजर नहीं आ रही नजर आ रहा ना मैंने तो देखो सामने नजर आ रहा तो बेचने वाला है ना उसका अभी सौदा तो नहीं आया तस्लीम साहब ये बात जेन में रखे की मैं हमेशा आपकी तरफ हूँ ਹੂੰ ਹੂੰ ਚਾਹੀਏ ਬਾਬਾ ਕੈਸੀ ਜੈਕਟ ਪਾਈ ਤੁਸੀਂ ਤਸਲੀਮ ਸਾਹਿਬ ਆਹਾ दाल हलवा दा मिलता है ठीक तो बात, बात नहीं है उनकी जो बात है उसमें एक मानी और मफूम का दरिया है मेरे एडे खिलाफ क्यों मैं पाकिस्तान के खिलाफ गल करता है ਉਹਨਾਂ ਦੀ ਗੱਲ ਤੁਸੀਂ ਇੰਜ ਸੁਣਨ ਜਾਂਦੇ ਆ ਵੀ ਸਵੇਰੇ ਪਤਾ ਨਹੀਂ ਪਹਿਲੀ ਪੱਟੀ ਇਹ ਚੱਲਣੀ ਹੈ ਸਰ ਮੇਰਾ ਖਿਆਲ ਹੈ ਕਿ ਅਬ ਹਮ ਆਪਣੀ ਆਡੀਅנס 'ਚ ਥੋੜੀ ਜਿਹੀ ਬਾਤ ਚੀਤ ਕਰਦੇ ਆ ਉਹ ਇਸ ਮੌਕੇ 'ਤੇ ਆਉਣਾ ਹੈ ਅੱਛਾ ਉਹ ਲੱਗੇ ਉਹਨਾਂ ਦਾ ਹੋਰ ਕੋਈ ਵੀ ਆਡੀਅנס ਤੋਂ ਉਹਨਾਂ ਨੂੰ ਇੰਜ ਲੱਗਦਾ ਜਿਵੇਂ ਮੇਲੇ 'ਚ ਮਠਿਆਈ ਲੱਗੀ ਜੀ ਇਹਦੇ ਵਾਲੀ ਧਿਆਨ ਕਰਦੇ ਮਿੰਟ ਬਾਅਦ ਪਤਾ ਉਹ ਤਸੀਮ ਮੈਂ ਤਸੀਮ ਮੇਰਾ ਨਾਮ ਰਟਿਆ ਹੈ ਤੁਹਾਡਾ ਗੁਰਦਾਚ ਹੋ ਗਿਆ ਉਹ ਤੁਹਾਨੂੰ ਮੈਂ ਸਾਰਿਆਂ ਨੂੰ ਇੱਕ ਗੱਲ ਦੱਸਦੇ ਹਾਂ ਹਾਂ ਜੀ ਇਹ ਜਿਹੜੀ ਬੇਸਕੋਟ ਹੈ ਨਾ ਹਾਂ ਜੀ ਅਸਲੀਮ ਨੇ ਹਾਂ ਜੀ ਬੋਲੀ ਲਈ ਅੱਛਾ ਜੀ ਲਲੰਦੀਆਂ ਜੁੱਤੀਆਂ ਲੋਹਾ ਦੇ ਕੇ ਪਤੀਸੀ ਵਾਲੇ ਕੋ ਲਈ ਬਾਕਾਇਦਾ ਉਸ ਜੈਕਟ ਸੇ ਮਿਹਨਤ ਕੀ ਅਜ਼ਮਤ ਨਜ਼ਰ ਆ ਰਹੀ ਹੈ ਆਹ ਬਹੁਤ ਅੱਛੀ ਜੈਕਟ ਹੈ ਡੇਟ ਐਕਸਪਾਇਰ ਹਲਦੀ ਹੁੰਦੀ ਭਾਏ ਨਾ ਚਿੱਟੇ ਰੰਗ ਦੀ ਜੈਕਟ ਇਹ ਤਾਂ ਗੱਲ ਕਰ ਰਹੇ ਆ ਉਹ ਦਦੂਆ ਇਹ ਉਹ ਲੇਰੇ ਮૈયਤ ਕੋ 5 ਮਿੰਟ ਲੈ ਕੇ ਗੱਲ ਕਰਾਉਣ ਦਾ ਤੁਹਾਨੂੰ ਪਤਾ ਰਿਸ਼ਤੇ ਤੋਂ ਜਵਾਬ ਦੇਣਾ ਹੋਵੇ ਤੇ ਇਹੋ ਜੀ ਜੈਕਟ ਪਵਾ ਦਿਓ ਦਾਦੀ ਦੀ ਚੱਦਰ ਲੈ ਕੇ ਬੰਦਾ ਮਲਕੂਲ ਨਹੀਂ ਬਣ ਜਾਂਦਾ ਇਸ ਕੋ ਗੱਦੇ ਸਾਸ ਨੇ ਆਰ ਦੀ ਇੱਕ ਲੋਹਾਰ ਦੀ ਅਜਾ ਲੋਹਾਰ ਹੈ ਕਦੀ ਲੋਹਾਰਾਂ ਵਾਲੀ ਪਾਈ ਇਹਨੇ ਜੈਕਟ ਪਾ ਲਾ ਬਾਸਕਟ ਪਾ ਲਾ ਤੇਰੀ ਬੜੀ ਸੋਨੀ ਲੱਗ ਰਹੀ ਤਸ਼ੀਮ ਤੂੰ ਪੂਰੇ ਪੂਰੇ ਪ੍ਰੋਗਰਾਮ ਦਾ ਲਾ ਰਾਇਆ ਲਾੜਾ ਬੈਠਾ ਵਾ ਤੁਸੀਂ ਬ੍ਰੇਕ ਲਵੋ ਮੈਂ ਬਦਲ ਕੇ ਆਵਾਂਗਾ ਨਹੀਂ ਨਹੀਂ ਇੱਕ ਤਵੀਜ਼ੀ ਪਿਆ ਜਾਂਦਾ ਹੈ ਯਾਰ ਇਹੋ ਜਿਹਾ ਲਾੜਾ ਕੋੜੇ ਤੇ ਬੈਠਾ ਨਾ ਕੋੜਾ ਕਹਿ ਰਿਹਾ ਮੈਂ ਯਾਰ ਇਹ ਕਿਹੜੀ ਬਿਸਕਟ ਪਾਈ ਤੂੰ ਹੈ ਆਵੇ ਇਹਦੇ ਨੈਣ ਨਕਸ਼ੇ ਵੇਚ ਲੋ ਅਜੀ ਉਹ ਪਿੰਡ ਬਣਨਾ ਜਿੱਥੇ ਇਹਨਾਂ ਚੱਲਣਾ ਹੈ ਅਸੀਂ ਖੁੱਲ ਕੇ ਹੱਸ ਰਹੇ ਨੇ ਤੇਰੀ ਗੱਲ ਤੇ ਤੂੰ ਵੀ ਸਾਡੀ ਗੱਲ ਤੇ ਹੱਸਿਆ ਕਰ ਤੂੰ ਤਾਂ ਹੱਸਿਆ ਕਰੋ ਬੜਾ ਤੇਰਾ ਦਾ ਉਥੂ ਛਿੜ ਗਿਆ ਖਖਖਖਖ ਇਹ ਤਾਂ ਮੂੰਹ ਇਹੰਜ ਜੇ ਮੈਂ ਕੱਲ ਫੰਸੀ ਆ ਤੈਨੂੰ ਮਾਈ ਗੋਡ ਬਹੁਤ ਬੰਦਾ ਵਲੀਮੇ ਚ ਦੁਰਿਆ ਜਾਵੇ ਮੇਰੇ ਮੂੰਹ ਦੇਖ ਕੇ ਲੋਕੀ ਕਹਿੰਦੇ ਰੋਟੀ ਖੁੱਲ ਗਈ ਐ ਅੱਛਾ ਜਦੋਂ ਬੰਦੇ ਵਲੀਮੇ ਦੇ ਅੰਦਰ ਜਾਂਦੇ ਨੇ ਨਾ ਸਾਰੇ ਕਹਿੰਦੇ ਭਾਈ ਰੋਟੀ ਮੁੱਕ ਗਈ ਉਹ ਕਿਸਰਾਂ ਮੁੱਕ ਗਈ ਉਹ ਯਾਰ ਉਹ ਵੇਸਕੋਟ ਵਾਲਾ ਸਾਰੀ ਖਾ ਗਿਆ ਦਾਦਾ ਬਹੁਤ ਬਾਂਕੇ ਮੀਆਂ ਨੂੰ ਹੈਜ਼ਾ ਹੋਇਆ ਹੁੰਦਾ ਆ ਜੁਗਦਾ ਦਾ ਕਰਮराई ਹੋਇਆ ਅੱਛਾ ਇਹੋ ਜਿਹੇ ਬੰਦੇ ਨੇ ਨਾ ਮਾਂ ਪਿਆਰ ਦੇਣ ਲੱਗਾ ਕਹਿੰਦੀ ਹੈ ਪੁੱਤਰ ਜਿਉਂਦਾ ਰਹਾ ਅੱਲਾ ਕਾਮਯਾਬੀ ਹੁੰਦਾ ਇਹੋ ਜੇ ਕੱਪੜੇ ਨਾ ਪਾਇਆ ਕਰ ਇਹਨਾਂ ਨੇ ਵੇਸਕੋਟ ਨਹੀਂ ਲਾਈ ਤੂੰ ਜੁੱਪ ਕਰ ਜਾ ਨਾਨ ਬੋਲਦੀ ਹੁੰਦੀ ਹੈ ਆ ਇਹਨਾਂ ਨੇ ਵੇਸਕੋਟ ਨਹੀਂ ਲਾਈ ਹੈਗੀ ਇਹਨਾਂ ਨੇ ਦਫਨ ਕਰ ਲਈ ਯਾਰ ਬਸ ਕਰੋ ਮਹਿਮਾਨੋ ਕੀ ਤਰਫ ਜਾਣੇ ਤੋਂ ਪਲੀਜ਼ ਯਾਰ ਮੇਰੇ ਵਾਰੀਆ ਭਾਈ ਬਸ ਕਹਿੰਦਾ ਪਤਾ ਨਹੀਂ ਮੈਂ ਕਿਹੜੀ ਗੱਲ ਕਰ ਦਿੰਦਾ ਮੇਰੇ ਵਾਰੀ ਅੱਡੇ ਜੀ ਚੱਲ ਜਾਂਦਾ

ਆਪਣੇ ਵੀਵੋਜ਼ ਕੀ ਤਰਫ ਚੱਲਦੇ ਰਹੇ ਆਂ ਪਰਸੋ ਜਾਵਾਂਗੇ ਕਰ ਲੋ ਪਹਿਲਾਂ ਨਹੀਂ ਨਹੀਂ ਬਸ ਸਾਡੇ ਮਹਿਮਾਨ ਨੂੰ ਬੰਦਾ ਕਹੋ ਨਾ ਯਾਰ ਤੇਰੀ ਜੈਕਟ ਸਾਹਮਣੇ ਦੇ ਦੇ ਨਹੀਂ ਯਾਰ ਤੇਰੀ ਪਰਛਾਈ ਇਹਦੇ ਬੱਚਿਆਂ ਨੂੰ ਬੰਦਾ ਪੁੱਛੇ ਨਾ ਆਪਕੇ ਪਾਪਾ ਕੌਣ ਹੈ ਉਹ ਜੋ ਗੰਦੇ ਕਲਰ ਕੀ ਜੈਕਟ ਤੇ ਨਹੀਂ ਪਾਉਂਦਾ ਜੈਕਟ ਪਾ ਕੇ ਵੱਖਰਾ ਹੀ ਭਾਈ ਪੀਰਾਂ ਦਾ ਸਹਰਾਣਾ ਲੱਗਨਦਾ तो नहीं नुकार और मैंने बात करना चाहता हूँ आप, आप उनके कपड़ों पे तनकीद करते हैं की, किसने की है तारीफ कर रहे उनके ड्रेसिंग की हल्का मजाक होता है नहीं नहीं आप मैं देख रहा हूँ तनकीद कर रहे हैं तारीफ है क्या इस तरह के कपड़े ये पहनते हैं या चाहत फतेह अली खान साहब पहनते मिला वैसे आपस की बात है हम सब मिल के तस्लिम साहब को जुगते तो लगा रहे हैं तो ये जुक्ते जो है ये झूठ के जमरे में नहीं आ जाती जुगते तो लगा ही नहीं रहे हम तो तारीफ कर रहे है सारे मैं मैं तो मैं तो तो उनके इस से ये ओ, येलो और 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 बहुत खूबसूरत लग रहा जुगत नहीं कर रहे। <laughs> हुजता कर रहे रहे हुजता <laughs> हुजत और जुगत में फर्क ये है है कि हुजता जो है ना ये जुगत का दादा है <laughs> <laughs> <दादा कर laughs> ना क्या बात है सिर्फ तस्लीम साई सकदा ए सोने शूज नक्त सरजेवाल सर मैं पूछने ये लगी थी कि आम जिंदगी में हम झूठ तो बोलते ही बोलते हैं लेकिन सबसे ज़्यादा कौन सा झूठ बोलते हैं झूठ हमारा कौमी खेल है सच्ची <laughs> बात है कि मेरा ख्याल है कि अगर देखा जाए आप जिनको काफर कहते हैं जिन मुल्कों को वहाँ पे एटलीस्ट झूठ बोलने का रिवाज नहीं है बेईमानी का नहीं है लेकिन हमारे यहाँ झूठ और बेईमानी का चलन ऐसे है कि अगर चंद लमे के लिए ये चलन रुक जाए तो यूं लगता है जैसे हमारी नब्जें थम गई हैं और ये जो आपने सवाल किया है ये वाकई मुश्किल है कि हम सबसे ज्यादा झूठ कौन सा बोलते हैं अच्छा हम सबसे ज्यादा झूठ आप कभी गौर करें कि ग्रीटिंग्स में बोलते हैं आप बाहर देखें कि उनकी ग्रीटिंग्स क्या है एक दूसरे को मिलते हैं पूछते हैं यू आ, फाइन आ, 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 मौसम कैसा है ज्यादा से ज्यादा मौसम कैसा है अब उसको भी पता है मौसम कैसा है उसको भी पता है मौसम कैसा ठीक है लेकिन फिर भी पूछते हैं ठीक है झूठ नहीं बोलते हमारी जो ग्रीटिंग है ना सलाम दुआ जो है ना यहाँ से झूठ शुरू हो जाता है और क्या हाल चाल है ठीक है अच्छा कहते हैं अल्लाह का शुक्र है ये पहला झूठ हम बोलते हैं हम में से कोई अल्लाह का सही मानो में शुक्र गुजार होता ही नहीं है ओहो। अगर अल्लाह का शुक्र गुजार होता तो अगले ही ले ना शुक्री की बातें ना कर रहा होता शुक्र गुजारी की कोई ए, उसकी बॉडी लैंग्वेज में से शुक्रगुजारी हमें नजर ही नहीं आ रही होती शुक्र का वो एक लम्हा नहीं होता ना वो नमाज पढ़ता है ना वो अल्लाह के सामने झुक के शुक्र अदा करता है ना वो दिल से अल्लाह का शुक्रगुजार होता है ना वो नेमतों का सही मायनों में शुक्रगुजार होता है जो अल्लाह ने उसको अदा की होती हैं, अल्लाह ने उसको दो टांगे दो बाजू दिमाग हर चीज से नवाजा होता शक, है उन चीजों का जिक्र नहीं कर रहा होता उन चीज़ों की शुक्र अदा नहीं कर रहा होता अल्लाह का लेकिन ना शुक्र जुमले जुमले पे कर रहा होता एक हर दूसरे लम्बे हम ना शुक्री के मुर्त के बो रहे होते हैं लेकिन हमारी जबान पर यही होता है फिर भी अल्लाह अल्ला का बड़ा शुक्र है जी अल्लाह का बड़ा शुक्र है तब अच्छी लगती है बात जब आप यहां से यह जुमला बोल रहे हो अल्लाह का बड़ा, बड़ा शुक्र है मेरे पास महल नहीं है मेरे पास गाड़ी नहीं है मेरे पास बैंक बैलेंस नहीं है लेकिन अल्लाह का शुक्र है मैं बहुत मुतमिन हूं अगर ये जुमला यहां से अदा किया जाए तो यह सच है

ਓਏ ਜਾਨ ਤੁਸੀਂ ਵੀ ਕੋੜੇ ਵੇਚ ਕੇ ਬੈਠੇ ਆਂ ਹਾਂਜੀ ਯਾਰ ਜੇ ਨਾ ਬੱਚਾ ਫੁੱਲ ਤਿਆਰ ਹੋ ਕੇ ਨਵੇਂ ਕੱਪੜੇ ਪਾ ਕੇ ਆਵੇ ਨਾ ਦੋਸਤ ਫੇਰ ਕਹਿਣ ਨੇ ਆਉਂਦੇ ਓ ਤੂੰ ਨਹੀਂ ਜਾਣਾ ਤੇ ਇਹੋ ਜਿਹਾ ਬੰਦਾ ਵਾਸਕਟ ਪਾ ਕੇ ਆਂਦਾ ਉਹ ਕਹਿੰਦਾ ਲਾਹ ਕਿਤੇ ਰੂੜੀ ਚੁੱਕ ਕੇ ਪਾ ਕੇ ਆਇਆ ਦਰਜੀ ਕੋ ਗਿਆ ਕਹਿੰਦਾ ਮੇਰਾ ਸੂਟ ਸੀ ਦੇ ਉਹਨੇ ਲਾਲ ਕਾਲਰ ਲਾ ਦਿੱਤਾ ਇਹ ਦਰਜੀ ਕੋ ਲਗਿਆ ਇਹਨੇ ਕਿਹਾ ਮੈਨੂੰ ਵਾਸਕਟ ਸੀ ਦੇ ਉਹਨੇ ਪੁਰਾਣੀਆਂ ਲੀਰਾਂ ਚੁੱਕ ਕੇ ਵਾਸਕਟ ਸੀ ਦੇ ਦਿੱਤਾ ਆ ਬੁੰਡਾ ਜੇ ਸਾਬਣ ਨਾਲ ਨਹਾ ਕੇ ਉਹਨਾਂ ਨਾਲ ਸਾਬਣ ਬਾਅਦ ਚ ਆਪ ਨਹਾਉਣ ਜਾਂਦਾ ਮੇਰੇ ਤੋਂ ਬਾਦ ਸਾਬਣ ਇਹ ਇਸਤੇਮਾਲ ਕਰਦੇ ਆ ਆ ਵੀ ਇਸ ਤਰ੍ਹਾਂ ਦੇ ਹੋ ਗਏ ਨੇ ਅੱਛਾ ਘਰ ਦੇ ਇਹਨੂੰ ਕੁੱਟਦੇ ਨਹੀਂ ਕਹਿੰਦੇ ਇਹਨੂੰ ਕਿਹੜਾ ਨੀਲ ਪੈਣਾ ਅੱਛਾ ਇਹਨੇ ਇੱਕ ਜਨਾਜ਼ੇ ਨੂੰ ਮੋਢਾ ਦਿੱਤਾ ਉਹ ਲਾਸ਼ ਦੁਬਾਰਾ ਨਹਾਉਣ ਲੱਪੇ ਉਹ ਜਨਾਜ਼ਾ ਇਹਨਾਂ ਦਾ ਸੀ ਪਤਾ ਤੁਹਾਨੂੰ ਬਹੁਤ ਜਿਆਦਾ ਗਮੀਦ ਲਾਗੇ ਓਏ ਬੇੜੇ 'ਚ ਫਿਰੇ ਨਾ ਤੇ ਮਾਂ ਕਹਿ ਲਾ ਬੇ ਪੁੱਤ ਬੱਦਲ ਆਏ ਆ ਇਹ ਜਦੋਂ ਕਮੀਦ ਲਾ ਕੇ ਗਲੀ ਚ ਫੇਰਦੇ ਆਂ ਤੇ ਪਿੰਡ ਦੇ ਬਾਹਰ ਘਰਾਂ 'ਚ ਲੁਕ ਜਾਂਦੇ ਮਾਵਾ ਪਿੱਛੇ ਲਗਾ ਲਿਆ ਨਾ ਪਿਛਾਣ ਜੋ ਫਰੂਟ ਖਾਣ ਆ ਲਾਇਆ ਜੇ ਤੁਹਾਨੂੰ ਵੀ ਖਾ ਲੇਗਾ ਸਲੀਮ ਸਾਹਿਬ ਤੁਹਾਨੂੰ ਪਤਾ ਇਹਦੇ ਘਰ ਚੋਰ ਆ ਗਏ ਸਨ ਹਜ਼ਾਰ ਵਾਰ ਦਾ ਬਲ ਬਲਦਾ ਪਿਆ ਸੀ ਉਹਨਾਂ ਨੇ ਫੇਰ ਮਾਰਚ ਸਵਾਲ ਕੇ ਵੇਖਿਆ ਸੁੱਤਾ ਕਿ ਜਾਗਦਾ ਇੱਕ ਦਿਨ ਛੱਤੇ ਸੁੱਤਾ ਪਿਆ 3000 ਕਾਂ ਇਕੱਠਾ ਹੋ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਸਾਡਾ ਨਾਨਾ ਅੱਬੂ ਫੌਤ ਹੋ ਗਿਆ ਆ ਪਿਛਲੇ ਦਿਨਾਂ ਦੇ ਵਿੱਚ ਇਹਨੂੰ ਡਾਂਗੂ ਪੈ ਗਏ ਅੱਛਾ ਲੁੱਟ ਗਏ ਨਹੀਂ ਲਗਾਏ ਇਹਨੂੰ ਗਰੀਮਾ ਲੈ ਕੇ ਦੇ ਗਏ ਸੱਜ ਦਸਾਂ ਦੇ ਚੱਕਰ ਚ ਪਏ ਉਹ ਬੱਚੇ ਤੁਹਾਡੀ ਰੇੜੀ ਠੇਕੇ ਅਗਲੀ ਗਲੀ ਚ ਲੈ ਗਏ ਉਹ ਬੱਚੇ ਉਹ ਬੱਚਾ ਤੂੰ ਤੇ ਨਹੀਂ ਇਹ ਪਰਫਿਊਮ ਵੀ ਲਾਵੇ ਨਾ ਹਾਂ ਉਹ ਇੰਨੇ ਉਹ ਜਿਹੜਾ ਵਿੱਚੋਂ ਕਤਰੇ ਨਿਕਲਦੇ ਉਹ ਇੰਝ ਜਾ ਰਹੇ ਹੁੰਦੇ ਤੇ ਓਏ ਕਿੱਥੇ ਲਗਾ ਲਾ ਅੱਛਾ ਅੱਛਾ ਮੈਂ ਤੇ ਅੱਬੇ ਕੋਲ ਪੁੱਛਿਆ ਸੀ ਅੱਛਾ ਮੈਂ ਕਿਹਾ ਇਸ ਤਰ੍ਹਾਂ ਦਾ ਕਿਉਂ ਕਹਿੰਦਾ ਆਪਣੇ ਵੱਡੇ ਭਰਾ ਕੋ ਸੜਦਾ ਐ ਐ ਡਵ ਕੰਪਨੀ ਵਾਲੇ ਨੇ ਆਹੋ ਉਹ ਇਹਦੇ ਮਗਰ ਮਗਰ ਫਿਰਦੇ ਕਿਉਂ ਵੀ ਕਿਤੇ ਸਾਡੇ ਸਾਬਣ ਨਾਲ ਨਹਾ ਨਾ ਲਵੇ ਅੱਛਾ ਇਹ ਨਹਾ ਕੇ ਆ ਰਿਹਾ ਵੇ ਅੰਜੀ ਲੱਗਾ ਨਾਣ ਜਾ ਰਿਹਾ ਅੱਛਾ ਇਹਦੇ ਸਹੁਰਿਆਂ ਨੂੰ ਰਿਸ਼ਤਾ ਜਿਹੜਾ ਨਾ ਇਹਨੂੰ ਇਹ ਸ਼ਰਤ ਦਿੱਤਾ ਕਿ ਤੂੰ ਸਿਰਫ ਰਾਤ ਨੂੰ ਸਾਡੇ ਘਰ ਆਉਣਾ ਦਿਨੇ ਸਾਡਾ ਮਹੱਲਾ ਵੇਖੇਗਾ ਇਸ ਖਾਨਦਾਨ ਚ ਖੂਬਸੂਰਤ ਬੰਦਾ ਹੋਵੇ ਨਾ ਤੇ ਆ ਪੰਛੀ ਰਗਾ ਚਾਰ ਪੰਜ ਜਣੇ ਜੀ ਮੈਂ ਤੁਹਾਡਾ ਕੱਲਾ ਮਗਾਉਲਾ ਦੁਨੀਆ ਕਰ ਸਕਦਾ ਨਹੀਂ ਤੂੰ ਜਿੱਤ ਗਿਆ ਤੂੰ ਜਿੱਤ ਗਿਆ ਮੈਨੂੰ ਪਤਾ ਇਸ ਗੱਲ ਦਾ ਭਾਈ ਕੀ ਬਾਤ ਹੈ ਜਬਰਦਸਤ یہ میرا شعر تمام اورڈینسی کے لیے ہے اور سب سے اردو نہ بول اللہ دیکھ رہا ہے اردو اچھا پانچ چھ بہن بھرا کالے سے ایک دوسرے بچ کے سوری کرتے رہتے میرے گھر دے ن مکان بنایا انہوں نے ہانڈی نہیں رکھی اچھا ادھا منہ رکھتا ہوتا ہے یہ ہو گیا بندہ پنڈ وچ مشہور ہوندا ہے چھپڑ والی زمین ادی ਇਹ ਬੜਾ ਖੂਬਸੂਰਤ ਸੀ ਪਾਜੀ ਬੜਾ ਖੂਬਸੂਰਤ ਸੀ ਅੱਛਾ ਇਹ ਸਰਦੀਆਂ ਚ ਗੱਡੀ ਦਾ ਸਲੰਸਰ ਠੇਕਦਾ ਰਿਹਾ ਐ ਵੀ ਬੰਦਾ ਬੜਾ ਖੂਬਸੂਰਤ ਸੀ ਹਾਂ ਇਹ ਮੇਰੇ ਨਾਲ ਹੁੰਦਾ ਸੀ ਐ ਚੰਗਾ ਕਰ ਹਰ ਜ਼ੁਗਤ ਚ ਤੂੰ ਬੰਦਾ ਨਾਲ ਰੱਖਣਾ ਪੜਿਆ ਲਿਖਿਆ ਆਦਮੀ ਐ ਕਚੈਰੀਆਂ ਹੁੰਦਾ ਅੱਛਾ ਉੱਥੇ ਝੂਠੇ ਹਲਫ ਚੁੱਕਦਾ ਉਹ ਸ਼ੇਅਰ ਸੁਣਾ ਦਿਓ ਵਰਕਸ਼ਾਪ ਦੇ ਫਖਰ ਮੁਸਤਫਾ ਤੀਨੀਆਂ ਕਲਚ ਪਲੇਟਾਂ ਸੈੱਟ ਕਰ ਦੇਣੀਆਂ ਮੈਂ ਕੋ ਕਲਚ ਪਲੇਟਾਂ ਦਾ ਕੰਮ ਕਰਦਾ

ਇਹ ਬੀਅਰ ਨੂੰ ਕਰ ਰਿਹਾ ਇਹ ਸੇਖ ਰਿਹਾ ਵੀ ਗੱਟਰ ਨੂੰ ਫਟਾਉਣ ਦਾ ਤਸ਼ਰਫ ਆ ਗਿਆ ਸ਼ੇਰ ਸੁਣੋ ਜੀ ਇਹ ਸਿਗਰਟ ਸ਼ੌਂਕ ਤੇ ਆਦਤ ਨਹੀਂ ਹੈ ਇਹ ਸਿਗਰਟ ਸ਼ੌਂਕ ਤੇ ਆਦਤ ਨਹੀਂ ਜਜ਼ਬਾਤ ਦਬਾਉਂਦੀ ਹੈ ਤਾਂ ਪੀਣਾ ਅਦੀ ਰਾਤ ਨੂੰ ਮੈਂ ਪਾਗਲ ਨਹੀਂ ਉਹਦੀ ਯਾਦ ਸਤਾਉਂਦੀ ਹੈ ਤਾਂ ਪੀਣਾ ਇਸ ਸਿਗਰਟ ਵਿੱਚ ਕੋਈ ਹਕਮਤ ਨਹੀਂ ਇਹ ਫਿਕਰ ਘਟਾਉਂਦੀ ਹੈ ਤਾਂ ਪੀਣਾ ਮੈਨੂੰ ਪਤਾ ਹੈ ਮਿਲਣਾ ਉਸ ਕੋਈ ਨਹੀਂ ਇਹ ਉਮਰ ਘਟਾਉਂਦੀ ਹੈ ਤਾਂ ਪੀਣਾ ਵਾ ਵਾ ਜੀ ਵਾ ਕਦੋਂ ਇੱਕ ਲਾਈਨ ਹੋਰ ਬਤਾ ਲੈ ਕੀ ਕਿ ਰਾਤ ਨੂੰ ਨੇਰੇ ਚ ਖਲੋ ਕੇ ਤਾਂ ਪੀਣਾ ਵਿੱਚ ਬਸ ਨਾ ਵਜ ਜਾਵੇ ਤਾਂ ਪੀਣਾ ਬਰੇਖ ਸਾਹਿਬ ਇਧਰ ਆਏ ਨਾ ਸ਼ਾਬਾਸ਼ ਤੋਂ ਲੈਣਾ ਯਾਰ ਐਸੇ ਤੋਂ ਨਾ ਕਰ ਜ਼ਬਰਦਸਤ 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 ਕੀ ਬਾਤ ਹੈ ਉਹ ਉਹ ਆਇਆ ਬਹੁਤ ਹੀ ਬੁਰਾ ਲੱਗਣ ਰਿਹਾ ਹੈ ਨਹੀਂ ਨਹੀਂ ਯਾਰ ਅਸਲ ਬਾਤ ਹੁੰਦੀ ਹੈ ਖੂਬਸੂਰਤ ਦਿਲ ਕੀ बिल्कुल। ये देखे ना वो उसका खूबसूरत क्या बात है मलिक साहब थैंक यू वेरी मच सुहान जी आए तो अड़ा सवाल नहीं आ रहा जी <laughs> सुहाना का आज का अपनी ऑडियंस से सवाल है कि हमारे मुल्क में वो कौन सा शहर है जिसके पहले हर्फ के नीचे दो नुक्ते और लगा दिए जाएं तो वो एक अफसोस का ओकैन बन जाता है यानी कि अफसोस का मकाम बन जाता है जी जी अफसोस का मकाम बन जाता है

क्या शो में के को दो करने के हैं, और मैन पक्का जुनेद साहब का मुलाजम बेटा तेरा कसूर नहीं है जुनेद साहब पांच घंटे काम <laughs> करते <laughs> बाकी घंटे तेरे बंदा ही ल

ਉਹ ਵੀ ਇਹਨੇ ਵੀਰ ਪਰ ਵਾਅਦੇ ਦੱਸੇ ਆ ਓਏ ਕਿੰਨੇ ਪੈਸੇ ਦੇ 725 ਅੱਛਾ ਪੰਛੀ ਹਾਂਜੀ ਜਦੋਂ ਤੱਕ ਤੇਰੇ ਕੋਲ ਪੈਸੇ ਨਹੀਂ ਨਾ ਦਿੱਤੇ ਜਾਂਦੇ ਜੀ ਤੂੰ ਜ਼ਮਾਨਤ ਦੇ ਤੌਰ ਤੇ ਨਾ ਤਸਲੀਮ ਸਾਹਿਬ ਦੀ ਜੈਕਟ ਰਖਵਾ ਦਿਓ ਉੱਥੇ ਬਹੁਤ ਅੱਛੇ 725 ਰੁਪਏ ਉਹਦੇ ਕੋਲ ਲੈਣੇ ਔਰ ਟੱਕੇ ਦੀ ਜੈਕਟ ਨਹੀਂ ਹਾਂ ਟੱਕੇ ਦੀ ਜੈਕਟ ਆ ਟੱਕੇ ਦੀ ਜੈਕਟ ਨਾ ਲੱਗਣ ਈ ਆ ਇਹ ਟੱਕੇ ਦੀ ਆ ਗੱਲਾਂ ਕਰੀ ਜਾਂਦੇ ਆ ਤੂੰ ਸੁਟੀ ਨਾ ਜਿੱਦੀ 27 ਦਿਨ ਵੀ ਕੰਮ ਕਰੋ ਤਾਂ ਇਦਾਂ ਨਹੀਂ ਲੈ ਸਕਦੇ ਮਰੇ ਕੁਝ ਰਜ਼ਾਈ ਇੰਜ ਲਈ ਹੁੰਦੀ ਉਹਦੇ ਚ ਰੂ ਇੰਜ ਜਿਵੇਂ ਕਿਤੇ ਕਿਤੇ ਬਦਲ ਆਏ ਗੁੱਸਾ ਨਾ ਕਰੋ ਸੁੱਟ ਦਿਓ ਨਹੀਂ 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 ਪਾਲੋ ਫੇਰ ਕਿਧਰੇ ਕੰਮ ਆ ਜਾਗੀ ਨਹੀਂ ਇਹਨੂੰ ਕਰੀ ਜਾਂਦੇ ਆ ਫੜੋ ਕਰ ਲਓ ਜੀ ਨਹੀਂ ਕਰਦੇ ਨਾ ਕਰੇ ਯਾਰ ਕੀ ਅੱਧ ਹੋ ਗਿਆ ਯਾਰ ਆਪਣੇ ਆਪ ਹੀ ਤਾਂ ਤੁਸੀਂ ਮੈਨੂੰ ਕਿਹਾ ਇਹ ਪਾਲੋ ਬੜੀ ਜਨੀਤ ਹੋਏਗੀ ਜਦੋਂ ਫੈਸਲਾਪਾ ਵਾਪਸ ਆਏਗਾ ਨਾ ਤੇ ਮੋਟਰਵੇ ਪੁਲਿਸ ਵਾਲੇ ਨਾਲ ਸਾਡੀ ਯਾਰ ਪਰੇ ਲੈ ਜਾ ਉੱਠ ਯਾਰ ਬਾਹਰ ਕਰ ਆਪ ਤੁਹਾਡੀਆਂ ਬਾਸ ਬਾਸਕਟ ਪਾਉਣ ਵਾਲੀ ਆ ਆ ਪਾਉਣ ਵਾਲੀ ਆ ਪਾਉਣ ਵਾਲੀ ਆ ਇਸੇ ਸਾਡੇ ਸਿਆੜੇ ਵਿੱਚ ਗੋਸ਼ਤ ਲਿਆਉਂਦੇ ਆ ਤੁਹਾਡੇ ਸਿਆੜੇ ਗੋਸ਼ਤ ਲਿਆਉਂਦੇ ਸੀ ਤੇ ਬਾਹਰ ਆ ਯਾਰ ਕੀ ਗੱਲਾਂ ਕਰੀ ਜਾਂਦੇ ਹਾਲਾ ਪਾਲਾ ਹਾਲਾ ਪਾਲਾ ਆ ਇਧਰੋਂ ਛੋਟੇ ਰੱਖਣੇ ਆ ਇਧਰੋਂ ਛੋਟੇ ਨਾ ਰੱਖਦੇ ਆ ਚਲ ਚੱਲ ਜਾ ਪਰੇ ਹੁਣ ਓਏ ਖੋਲ ਆ ਠੀਕ ਲੱਗ ਰਿਹਾ पार्लियमेंट की माजू दी <laughs> में लेना एक छोटा सा वक्फा हमारे साथ नाजिन एक वक्त हुआ करता था कि घरेलू मुलाजिम तलाश करना कोई मसला नहीं होता था बल्कि घरेलू मुलाजिम खुद मुलाजमत के असूल के लिए चल के आपके दरवाजे पे आता था और करता था कि मुझे आप मुलाजमत पे रख ले। लेकिन आज बेरोजगारी की वजह से हालात ये हो चुके हैं कि घरेलू मुलाजिम तलाश करना तो एक तरफ बाद उनके नखरे बर्दाश्त करना और उनको मुलाजमत पे रखने से पहले उनकी शरायत सुनना एक कार्य है हाँ आपको दिखाते हैं हाँ बाजी आपको तो पता है आज कल घर के मुलाजिम रखना भी अजाब बन गया है हाँ भाई पांच दिन पहले कहा था बैठा हुआ मेरे सामने एक बंदा जरा इसका इंटरव्यू कर लूं फिर मैं ब... हां मैं करती हूं ओके okay, लाफिस तेनु 5 दी बारਾਂ पहिले सदी आई तू आजमदा पे है की ना है तेरा ना ते मेरा जी अपना जान मोहम्मद दे प्यार ना मेनू सारे डॉल्फिन कंदे जी डॉल्फिन अच्छा दफा मार नाच की रखे है नाच क्यों नहीं रखे जी नाच ते सारे रखे है जे तन्नू पता नहीं मेरे फायदा किन्ने ने मैं मुंह बाहर रख के पानी जी 2 घंटे खलोता रहना डॉल्फिन मेनू ताद कंदे ने जदों मैं चुभी मार के बाहर निकलना नहीं करके वाल मेरे गिल्ले होंदे ने ਐਂਗਲ ਕੇ ਸਰ ਚੋਪੜੇ ਜੇ ਜਨ ਅੱਛਾ ਅੱਛਾ ਲੱਗ ਗਿਆ ਸਮਝ ਜਿਹੜਾ ਤੇਰਾ ਐਡਡਾ ਬੋਲਨੇ ਨਾ ਇਸ ਵਜ੍ਹਾ ਤੋਂ ਤੇਰਾ ਨਾਮ ਡਾਲਫਨ ਰੱਖਿਆ ਹਾਂ ਬਾਜੀ ਮੈਂ ਪਰਸਨਲ ਗੱਲਾਂ ਨਹੀਂ ਬਰਦਾਸ਼ਤ ਕਰਦਾ ਸਮਝੋ ਕਿ ਨਹੀਂ ਵਰਨਾ ਮੈਂ ਇਸ ਕੰਮ ਦੀ ਬਹੁਤ ਵੱਡ ਬੋਲਾ ਜੇ ਕੋਈ ਕੰਮ ਧੰਦਾ ਵੀ ਕਰ ਲਈ ਨਾ ਕਿ ਬਸ ਐ ਐਡਡਾ ਕੋਈ ਨਹੀਂ ਕੰਮ ਧੰਦਾ ਕਰ ਲੈਂਦਾ ਕੰਮ ਦੰਦਲ ਕਰਨਾ ਤੇ ਮੈਂ ਆਇਆ ਨਾ ਤੁਹਾਡੇ ਕੋਲ ਇੱਥੇ ਕਦ ਲਈ ਆਇਆ ਮੈਨੂੰ ਕਿਹਾ ਪਾ ਹਮੀਦ ਨੇ ਫੋਨ 5 ਦਿਨ ਪਹਿਲੇ ਅੱਛਾ ਉਸ ਮੈਨੂੰ ਆਖਿਆ ਕਿ ਉਹਨਾਂ ਦੇ ਘਰ ਚਲਾ ਜਾ ਤੇ ਜਾ ਕੇ ਉੱਥੇ ਨੌਕਰੀ ਕਰਨੀ ਹੈ ਤੁਹਾਡੇ ਉਹਨਾਂ ਕੋਲ ਬੋਲਦਾ ਪਿਆ ਸੀ ਉਹ ਹੂੰ ਤੇ ਮੈਂ ਕਿਹਾ ਜੀ ਅੱਛਾ ਅਗਲੇ ਦਿਨ ਮੈਂ ਜਦੋਂ ਫੋਨ ਕੀਤਾ ਨਾ ਤੇ ਉਹਦਾ ਫੋਨ ਖੁੱਲਾ ਸੀ ਤੇ ਮੈਂ ਕਿਹਾ ਚਲੋ ਹੁਣ ਤੇਦਾ ਫੋਨ ਖੁੱਲਾ ਮੈਨੂੰ ਆਪ ਹੀ ਫੋਨ ਕਰ ਲਏਗਾ ਉਹਨੇ ਮੈਨੂੰ ਫੋਨ ਨਹੀਂ ਕੀਤਾ ਉਸ ਤੋਂ ਅਗਲੇ ਦਿਨ ਫੇਰ ਫੋਨ ਆ ਗਿਆ ਪਾ ਹਮੀਦ ਦਾ ਉਹਨੇ ਮੈਨੂੰ ਕਿਹਾ ਗਿਆ ਮੈਂ ਕਿਹਾ ਮੈਨੂੰ ਲੋਕੇਸ਼ਨ ਤੇ ਭੇਜ ਉਹਨੇ ਮੈਨੂੰ ਲੋਕੇਸ਼ਨ ਭੇਜੀ ਤੇ ਮੌਸਮ ਹੋ ਗਿਆ ਬੜਾ ਅਜੀ मैं पकौड़े क्डन लग पाया मैं पकौड़े कले खाई जावा, कारले खाई मैं पकौड़े कभी मेरा परे बैठा बारिश पी से अंदर क्ढी जाए पर मेरी दादी बैठी सी पूरे खानदान चो कीड़े अच्छा आ गई समझ नहीं समझ आ गई भरजाई मेरी बैठी मेरी छोटी भैन जूआ क ਬਈ ਇਤਨੀ ਗੱਲਾਂ ਸੁਣਨ ਕਾਣ ਤੈਨੂੰ ਨਹੀਂ ਸਕਿਆ ਕੰਮ ਦੀ ਗੱਲ ਦੱਸ ਕੰਮ ਕਿਹੜਾ ਕਰਨਾ ਮੈਂ ਸਾਰੇ ਕਰ ਲਾਂਗਾ ਪਹਿਲੇ ਮੈਨੂੰ ਪੈਸੇ ਤੈਅ ਕਰ ਲੋ ਮੈਂ 60000 ਰੁਪਏ ਮਹੀਨਾ ਤਨਖਾਹ ਲੈਣੀ ਹੈ ਬਾਜੀ ਜੀ ਚੀਫ ਇੰਜੀਨੀਅਰ ਵਾਪਦਾ ਸਾਹਿਬ 60000 ਨਹੀਂ 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 60000 ਇਹ ਮੈਂ ਅੰਗਰੇਜ਼ੀ ਦੇ ਵਿੱਚ ਨਹੀਂ ਤਨਖਾਹ ਤੈਅ ਕਰਨੀ ਇੱਕ ਔਰਤ ਨੇ ਪਹਿਲੇ ਵੀ ਮੇਰੇ ਪੈਸੇ ਮਾਰ ਲਏ ਮੈਨੂੰ ਕਹਿੰਦੀ ਜੀ ਮੈਂ ਤੈਨੂੰ ਦੇਾਂਗੀ 60000 ਜਦੋਂ ਤਨਖਾਹ ਦਾ ਟਾਈਮ ਹੈ ਤਾਂ 16000 ਰੁਪਏ ਵੜਾਤਾ ਕਹਿੰਦੀ ਮੈਂ ਇਹਦੇ 16 ਕਿਹਾ ਸੀ ਕੰਮ ਕਿਹੜਾ ਕਰਨਾ ਤੁਸਾਂ ਜਿਹੜਾ ਆਖਣਾ ਮੈਂ ਕਰਨਾ ਮੇਰੀਆਂ ਕੁਝ ਗੱਲਾਂ ਨੇ ਤੁਸੀਂ ਆਪਣੇ ਅਸੂਲ ਮੈਂ ਦੱਸ ਦੇਣੇ ਮੈਂ ਤੁਹਾਨੂੰ ਆਪਣੇ ਦੱਸ ਦੇਣੇ ਵੇ ਭਾਈਆ ਤੇਰੇ ਕਿਹੜੇ ਅਸੂਲ ਨੇ ਤੈਨੂੰ ਮੈਂ ਗਾਰੇਜ ਨੌਕਾ ਰੱਖਣਾ ਮੈਂ ਤੇਰੀ ਨੌਕਰ ਨਹੀਂ ਭਈ ਲੱਗਦੀ ਹੁਣ ਲਓ ਪਹਿਲੇ ਸੂਟ ਕਨ ਕੇ ਰੱਖ ਲੈਣਾ ਨਹੀਂ ਤੇ ਜਵਾਬ ਦੇ ਦੇਣਾ ਸੁਣਾ ਸੁਣਾ ਅਸੂਲ ਵੀ ਸੁਣ ਮੇਰੇ ਅਸੂਲ ਐਨੇ ਕਿ ਮੈਂ ਸਵੇਰੇ ਸੌਂਗੇ 9 ਵਜੇ ਉੱਠਦਾ 8 ਵਜੇ 60 ਮਿੰਟਾਂ ਤੇ ਯਾਨੀ 8 60

अच्छा भाई हुन अगला اصول ਦੱਸੋ ਤੁਸੀਂ ਆਪਣਾ ਮੈਂ ਤੇ ਇੱਕ ਦੱਸਦਾ ਹੁਣ ਤੁਹਾਡੀ ਵਾਰੀ ਤੁਸੀਂ ਆਪਣਾ ਦੱਸੋ ਇੱਥੇ ਤੂੰ ਮੇਰੇ ਕੋਲ ਨੌਕਰੀ ਕਰਨ ਆਇਆ ਬੈਠਾ ਨਹੀਂ ਤੂੰ ਮੇਰੇ ਨਾਲ ਤਾਸ਼ ਖੇਡਣ ਆਇਆ ਬੈਠਾ ਅੱਛਾ ਮੈਨੂੰ ਯਾਦ ਕਰਾਤਾ ਹਫਤੇ ਨੂੰ ਮੈਂ ਖੇਡਦਾ ਵੀ ਹਾਂ ਮੇਰੇ ਕੋਲ ਚਾਰ ਦੋਸਤ ਆਣਗੇ ਨਾ ਤੁਸੀਂ ਮੈਨੂੰ ਕੋਈ ਕੁਆਟਰ ਜਿਹਾ ਦੇ ਦੇਣਾ ਕੋਈ ਗੱਲ ਨਹੀਂ ਡਰਾਈੰਗ ਰੂਮ ਵਿੱਚ ਬੈ ਕੇ ਤੂੰ ਤਾਸ਼ ਖੇਡੀ ਚਾਹ ਵੀ ਦਿਸਾਈ ਰੋਟੀ ਟੁੱਕਰ ਵੀ ਦਿਸਾਈ ਤੇ ਦੇਖੋ ਜੀ ਅੱਲਾ ਨੇ ਅਸਰਾਂ ਦੇ ਦੁਨੀਆ ਦੇ ਲੋਕ ਪੈਦਾ ਕੀਤੇ ਨੇ ਜੀ ਜੀ ਬਿਲਕੁਲ ਕਿਸੇ ਨੂੰ ਸਾਦਕ ਤੇ ਨਤਾਸ਼ ਫੈਂਟ ਵੀ ਦਿਸਾਏ ਕੋਈ ਗੱਲ ਨਹੀਂ ਮਾਲਕ ਨੇ ਦੇਖਣਾ ਤੁਹਾਨੂੰ ਅਰਸ਼ਾਂ ਦੇ ਬਾਗ ਲਾਣੇ ਆ ਬਿਲਕੁਲ ਲੱਗੇ ਇਸ ਦਰਚ ਦੇ ਰਿਸਕ ਨਹੀਂ ਮੁਕਣਾ ਮੈਂ ਨਹੀਂ ਭਾਗ ਲੱਗੇ ਪੈ ਤੂੰ ਜੂ ਵੜਾ ਹੈ ਸਾਡੇ ਘਰ ਦੱਸ ਦਿਓ ਫਿਰ ਆਪਣਾ ਸੂਲ ਤੁਹਾਡਾ ਕੀ ਅਸੂਲ ਹੈ ਉਹ ਨਹੀਂ ਭਾਈ ਐਵੇਂ ਇੱਕ ਬੁਲਾਵਾ ਮੇਰਾ ਕੋਈ ਅਸੂਲ ਨਹੀਂ ਅੱਛਾ ਤੂੰ ਸੋਚ ਲੈ ਗੌਰ ਫਿਕਰ ਕਰ ਲੈ ਤੋਂ ਸਾਡੇ ਘਰ ਨੌਕਰੀ ਕਰਨੀ ਹੈ ਕਿ ਨਹੀਂ ਕਰਨੀ ਅੱਛਾ ਮੈਂ ਸਿਰ 9 ਵਜੇ ਸੁਤਾ ਉਠਣਾ ਹੂੰ ਪਹਿਲਾ ਨਾਸ਼ਤਾ ਤੁਸੀਂ ਸਾਰਿਆਂ ਨੂੰ ਮੈਨੂੰ ਬਣਾ ਕੇ ਦੇਣਾ ਤਾਂ ਕਿ ਮੈਂ ਰੱਜ ਜਾਵਾਂ ਹੂੰ ਉਸ ਤੋਂ ਬਾਅਦ ਫੁੱਲ ਲਵਾਂ ਫਿਰ ਮੈਂ ਤੁਹਾਡੇ ਸਾਰੇ ਕੰਮ ਕਰਨੇ ਸ਼ੁਰੂ ਕਰਾਂ ਹਾਂ ਤੂੰ ਕੋਈ ਨੌਕਰ ਪਿਆ ਲੱਗਣਾ ਤੂੰ ਮਹੱਲੇ ਦਾ ਕਾਉਂਸਲਰ ਪਿਆ ਲੱਗਣਾ ਸਾਡਾ ਫਰਜ਼ ਬਣਦਾ ਤੇ ਨਾਸ਼ਤਾ ਦੇਵਣਾ ਦਿਸਾਂ ਅਗਲੀ ਗੱਲ ਅੱਛਾ ਜਿਹੜਾ ਚੁੱਲ੍ਹਾ ਨਾ ਤੁਹਾਡੇ ਘਰ 'ਚ ਉਹ ਹੁਣ ਜਿਹੜਾ ਲੱਕੜਾਂ ਵਾਲਾ ਕੈਸਾ ਲਾਉਣਾ ਚਾਹੀਦਾ ਮਰਨ ਲੱਕੜਾਂ ਵਾਲਾ ਚੁੱਲਾ ਕਿਉਂ ਇਸ ਵਾਸਤੇ ਹੋਣਾ ਚਾਹੀਦਾ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਬੰਦੇ ਨੇ ਮੇਰੇ ਕੋਲ ਮੰਗਣਾ ਪਰਾਠਾ ਤੇ ਮੈਂ ਫੀ ਬੰਦਾ ਇੱਕ ਪਰਾਠਾ ਦੇਣਾ ਅਗਰ ਕਿਸੇ ਨੇ ਮੇਰੇ ਕੋਲ ਦੂਜਾ ਪਰਾਠਾ ਮੰਗਿਆ ਮੈਂ ਬਲ ਦੀ ਲੱਕੜ ਖੜ ਕੇ ਛੜਵੀ ਮਾਰਨੀ ਹੁਣ ਗੈਸ ਵਾਲਾ ਚੁੱਲਾ ਹੋਏਗਾ ਉੱਚੋਂ ਤੇ ਲੱਕੜ ਨਿਕਲ ਨਹੀਂ ਨਹੀਂ ਉਹਦੇ ਤੇ ਮੇਰੇ ਕੋਲ ਦੂਜਾ ਕਿਸੇ ਨੇ ਮੰਗ ਲਿਆ ਮੈਨੂੰ ਦੇਣਾ ਪੈਣਾ ਨਹੀਂ ਨਹੀਂ ਤੂੰ ਕਿ ਪਕਾਵਣੇ ਪਰਾਠੇ

ਹੁਣ ਕੀਤੀ ਨਾ ਕੋਈ ਮੂੰਹ ਮੱਥੇ ਲੱਗਦੀ ਗੱਲ ਕੋਈ ਚੰਗੀ ਗੱਲ ਬੰਦਾ ਵੇਖੇ ਨਾ ਹਲਾਲ ਕਰਕੇ ਖਾਂਦਾ ਅੱਛਾ ਲੱਗਦਾ ਬੱਚਾ ਮੈਂ ਤੁਹਾਡੇ ਸਾਰੇ ਦੇ ਕੱਪੜੇ ਧੋਇਆ ਕਰਾਂਗਾ ਮੇਰੇ ਕੱਪੜੇ ਤੁਹਾਡੇ ਜੋ ਕਿਸ ਨੇ ਧੋਣੇ ਨੇ ਉਹ ਤੁਸੀਂ ਆਪ ਸੋਚ ਲਓ ਕინੇ ਧੋਣੇ ਨੇ ਤੁਸੀਂ ਧੋਣੇ ਤੁਹਾਡੇ ਬੰਦੇ ਧੋਣੇ ਤੁਹਾਡੀ ਭੈਣ ਧੋਣੇ ਆ ਕਿਹਨੇ ਧੋਣੇ ਨੇ ਵੇ ਤੂੰ ਆਪਣੇ ਕੱਪੜੇ ਆਪ ਕਿਉਂ ਨੋ ਧੋਂਦਾ ਬੀਬੀ ਜੀ ਮਾ ਆਪਣੇ ਕੱਪੜੇ ਆਪ ਨਹੀਂ ਧੋ ਸਕਦਾ ਮੇਰੇ ਕੱਪੜੇ ਤੇ ਬਹੁਤ ਬੜੀ ਆਂਦੀ ਨਾ ਇਹ ਬੋਹ ਵਾਲੇ ਕੱਪੜੇ ਹੁਣ ਅਸਾਂ ਧੋਵਣਨ ਵੇ ਤੈਨੂੰ ਇੱਕ ਤਰੀਕਾ ਦੱਸੇਨੀਆ ਇਹ ਖਾਤ ਨਾਲ ਲੱਕ ਫਾਦ ਕੇ ਤੇ ਦੂਏ ਨਾਲ ਕੁੱਟ-ਕੁੱਟ ਕੇ ਡੰਡੇ ਨਾਲ ਮਾਰ ਬੈਠੀ ਜੂ। ਇਹ ਬਾਜੀ ਮੈਂ ਇਸ ਤਰ੍ਹਾਂ ਕਿਸ ਤਰ੍ਹਾਂ ਤੁਹਾਡਾ ਨੱਕ ਫੜ ਕੇ ਕੱਪੜੇ ਧੋਵਾਂਗਾ। ਵੇ ਅਨਿਆ ਆਪਣਾ ਨੱਕ ਮੇਰਾ ਨਹੀਂ ਵੇ ਤੇਰੇ ਕੱਪੜੇ ਤੇਰੀ ਬੋਝ ਜਿਵੇਂ ਮਰਜ਼ੀ ਧੋ। ਓਹ ਤੇ ਦੁਪਹਿਰ ਦਾ ਜਿਹੜਾ ਖਾਣਾ ਨਾ ਉਹ ਤੁਸੀਂ ਮੇਰੇ ਕੋਲ ਪੁੱਛ ਕੇ ਪਕਾਉਣੀ। ਹਾਂ ਉਹ ਹੈਂ ਫਿਰ ਤੂੰ ਪੁੱਛ ਕੇ ਪਕਵਾਣਾ ਮੇਰੇ ਕੋਲੋਂ ਪੁੱਛ ਕੇ ਪਕਵਾਣਾ ਤੁਸੀਂ ਤੁਸੀਂ ਮੈਨੂੰ ਪੁੱਛਣਾ ਕਿ ਮੈਂ ਕੀ ਖਾਣਾ ਅੱਛਾ ਫਿਰ ਮੈਂ ਤੁਹਾਨੂੰ ਦੱਸਾਂਗਾ ਮੈਂ ਖਾਣਾ ਫਿਰ ਤੁਸੀਂ ਮੈਨੂੰ ਕਹਣਾ ਜਾ ਲੈ ਫਿਰ ਮੈਂ ਉਹ ਲੈ ਕੇ ਆਵਾਂਗਾ ਫਿਰ ਮੈਂ ਉਹਨੂੰ ਪਕਾਵਾਂਗਾ ਫਿਰ ਪਕਾ ਕੇ ਉਸ ਤੋਂ ਪਹਿਲੇ ਸਭ ਤੋਂ ਪਹਿਲੇ ਮੈਂ ਆਪਣੀ ਵਿੱਚੋਂ ਰੋਟੀ ਕੱਢਾਂਗਾ ਮੈਂ ਖਾ ਕੇ ਫਿਰ ਉਸ ਬਾਅਦ ਮੈਂ ਤੁਹਾਨੂੰ ਦਿਆਂਗਾ ਵੇ ਮਰੇ ਅਸੀਂ ਤੈਨੂੰ ਨੌਕੋ ਰੱਖੂਆਂ ਜਾਂ ਅਸੀਂ ਤੈਨੂੰ ਬਣਵੀਂਆ ਰੱਖੂਆਂ ਐਡੇ ਨਖਰੇ ਤਾਂ ਅਸੀਂ ਬਣਵੀਏ ਤੇ ਕਦੀ ਨਹੀਂ ਚਾਏ ਤੂੰ ਕਹੀ ਬਲਾ ਹੈ ਅੱਛਾ ਸ਼ਾਮ ਨੂੰ ਜਿਹੜਾ ਤੁਸੀਂ ਹਾਈਟ ਕਰਦੇ हां भाई ते इते हाईटी ਦਾ ਹੀ ਪਤਾ 60000 ਰੁਪਏ ਲੈਣ ਵਾਲਾ ਨੌਕਰ ਹੈ ਹਾਂ ਕਰਦੇ ਮੈਂ ਬੜੇ ਹੋਟਲਾਂ 'ਚ ਵੀ ਕੰਮ ਕੀਤਾ ਜੀ ਮੈਂ ਬੜੇ ਬੜੇ ਵੱਡੇ ਐਕਟਰਾਂ ਦੇ ਘਰਾਂ 'ਚ ਕੰਮ ਕੀਤਾ ਜੀ ਹਾਂ ਜੀ ਇਹ ਆਪਣਾ ਮਲਕੂ ਨੇ ਮਲਕੂ ਜਿਹੜਾ ਗਾਣੇ ਗਾਉਂਦਾ ਉਹਦੇ ਘਰ ਵੀ ਕੰਮ ਕੀਤਾ ਸੀ ਅੱਛਾ ਉਹ ਮਰਨਾ ਸਾਰੇ ਸਾਲ ਲੰਡੋਲ ਦਿੰਦਾ ਸੀ ਜਦੋਂ ਮੈਂ ਰੋਟੀ ਪਕਾ ਕੇ ਰੱਖਦਾ ਕਰਦਾ ਨੱਕ ਦਾ ਕੋਕਾ ਕੌਲੀਆਂ ਹੀ ਛੁੱਡੇ ਮਾਰਦਾ ਲੱਗ ਜਾਂਦਾ ਸੀ ਅੱਛਾ ਮੈਡਮ ਸ਼ਾਮ ਨੂੰ ਪੌਣੇ 5 ਵਜੇ ਇਹਨਾ ਤੁਸੀਂ ਮੇਰੀਆਂ ਆਈਟਮਾਂ ਵੀ ਸੁਣਿਆ ਕੰਨੀਆਂ ਨੇ ਔਰ ਤੁਸੀਂ ਤਾੜੀਆਂ ਵੀ ਮਾਰ ਰਹੀਆਂ ਜੇ ਤੁਸੀਂ ਦਰਜਾ ਮੂੰਹ ਬਣਾਇਆ ਨਾ ਜਦ ਮੈਂ ਪਹਿਲੇ ਗੱਲ ਸੁਣੀ ਆ ਬੋਰ ਆ ਹਾਸਾ ਨਹੀਂ ਆਇਆ ਮੈਂ ਨੌਕਰੀ ਛੱਡ ਕੇ ਟੁੱਟ ਜਾਣਾ ਹੈ ਅੱਛਾ ਗੱਡੀ-ਗੁੱਡੀ ਚਲਾ ਲੈਣਾ ਹਾਂਜੀ ਚਲਾ ਲੈਣਾ ਜੀ ਗੱਡੀ ਉਹ ਹੀ ਹੁੰਦੀ ਨੇ ਜਿਹੜੀ ਇੰਜਾਂ ਚਲਾਈਦੀ ਹੈ ਵੀ ਵੀ ਚਲਾ ਲੈਣਾ ਚਲਾ ਲੈਣਾ ਹੋਰ ਕੋਈ ਸ਼ਰਤ ਹੋਰ ਕੋਈ ਸ਼ਰਤਾਂ ਤਾਂ ਹੋਰ ਬੜੀਆਂ ਨੇ ਮੈਂ ਕਹਿੰਦਾ ਨੂੰ ਤੁਸੀਂ ਆਪਣੇ ਉਹ ਪੈਣ ਲੱਗਦੇ ਹੋ ਤੁਹਾਨੂੰ ਬਹੁਤੀਆਂ ਸ਼ਰਤਾਂ ਦੱਸਦਾ ਬੰਦਾ ਚੰਗਾ ਨਹੀਂ ਲੱਗਦਾ ਸਮਝੋਗੇ ਨਹੀਂ ਬੰਜੀ ਰਲ ਮਿਲ ਕੇ ਜ਼ਿੰਦਗੀ ਕੱਢ ਲਾਂਗੇ ਆਪਾਂ ਬਈ ਸਾਨੂੰ ਤੇਰੀ ਸਾਰੀਆਂ ਸ਼ਰਤਾਂ ਮਨਜ਼ੂਰ ਹੈ ਬੜੀ ਮਿਹਰਬਾਨੀ ਜੀ ਬਸ ਮੇਰੀ ਇੱਕ ਸ਼ਰਤ ਤੈ ओ शर्त है कि दोबारा इतने तू नजर ना आऊं उतथे जा निकल जितो तेनु 60000 रुपया ढिंदा है चल शाबाश फट तितो र उठ जा नौकरी कर ओए एकड़ा ओखी गाल ए मतलब अगला साल भी वेले ही नासीन ये था आज का देशपक और चलते-चलते आज की छोटी सी बात ये कि अगर आप दो चीजों पे शरमाते हैं तो आप और कुछ नहीं बदकिस्मत है एक सादा कपड़े दूसरे बूढ़े वालदेन नाजिन खुश रहें, खुश रखें। आपसे मुलाकात होगी इंशाल्लाह कल अल्लाह